ਜਾਂ ਹੋਰ ਵੀ ਕੋਈ ਲੈਂਗੁਏਜ ਦੀ ਗੱਲ ਕਰਦੇ ਹਾਂ, ਹਿੰਦੀ ਨਹੀਂ ਇਕੱਲੀ ਹੋਰ ਵੀ ਲੈਂਗੁਏਜ ਦੀ ਗੱਲ ਕਰਦੇ ਹਾਂ, ਆਪਾਂ ਖਿੱਚਦੇ ਹਾਂ ਕਿ ਕਿਵੇਂ ਗੱਲ ਕਰਤੀ, ਪਰ ਆਪ ਹੀ ਅਸੀਂ ਹਿੰਦੀ ਫਿਲਮਾਂ ਵੇਖਦੇ ਹਾਂ ਵੱਧ ਚੜ੍ਹ ਕੇ। ਉਹਨਾਂ ਨੇ ਮੀਡੀਆ 'ਚ ਉਹਨਾਂ ਦਾ ਆਪਣੇ ਆਪ ਨੂੰ ਜਲੀਲ ਕਰਾ ਲਿਆ ਸੀ ਉਹਨਾਂ ਨੇ, ਹਾਂ ਸਿੱਧੇ ਸ਼ਬਦਾਂ 'ਚ। ਘਰੇ ਹੀ ਕਿਉਂ ਪੜ੍ਹਾਉਣਾ, ਸਕੂਲ 'ਚ ਕਿਉਂ ਨਹੀਂ? ਨਹੀਂ ਸਕੂਲ 'ਚ ਕਿਉਂ ਪੜ੍ਹਾਉਣਾ ਆ, ਘਰੇ ਕਿਉਂ ਨਹੀਂ? ਮੈਂ ਤੁਹਾਨੂੰ ਸਵਾਲ ਕਰਦਾ। SST ਦੇ ਨਵੇਂ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਜਿਹੜੇ ਆਪਣੇ ਗੈਸਟ ਨੇ, ਉਹਨਾਂ ਨੇ ਇੱਕ ਟ੍ਰੈਂਡ ਚਲਾਇਆ, ਫੋਟੋਗ੍ਰਾਫੀ ਦੇ ਜ਼ਰੀਏ ਆਪਣੀ ਕਲਾਕਾਰੀ ਨੂੰ ਬਾਹਰ ਕੱਢਿਆ। ਉਹਨਾਂ ਦੀ ਰੀਸੈਂਟਲੀ ਇੱਕ ਫਿਲਮ ਵੀ ਆ ਰਹੀ ਹੈ ਜਿਹਦਾ ਨਾਮ ਹੈ ਰਜ਼ਾ ਏ ਇਸ਼ਕ। ਕਿਸੇ ਕਾਰਨਾਂ ਕਰਕੇ ਉਹ ਫਿਲਮ ਰਿਲੀਜ਼ ਨਹੀਂ ਹੋ ਪਾਈ। ਅੱਜ ਭਾਜੀ ਹੋਰਾਂ ਤੋਂ ਹੀ ਪੁੱਛਦੇ ਹਾਂ ਕਿ ਉਹ ਫਿਲਮ ਕਿਉਂ ਨਹੀਂ ਰਿਲੀਜ਼ ਹੋਈ, ਅਤੇ ਕੁਝ ਹੋਰ ਵੀ ਉਹਨਾਂ ਦੀ ਜਰਨੀ ਨੂੰ ਲੈ ਕੇ, ਅਰਦਾਸ ਕੀ ਹੈ, ਬੱਚਿਆਂ ਦੀ ਸਕੂਲ ਵਿੱਚ ਐਜੂਕੇਸ਼ਨ ਨੂੰ ਲੈ ਕੇ ਭਾਜੀ ਨਾਲ ਅੱਜ ਸਾਰੀਆਂ ਗੱਲਾਂ ਕਰਾਂਗੇ। ਲੇਕਿਨ ਕਿਉਂਕਿ ਇੱਕ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਕਰਨ ਵਾਲੀ ਇਸ ਟਾਈਮ, ਉਹ ਇਹ ਹੈ ਕਿ ਪੰਜਾਬ ਵਿੱਚ ਪੰਜਾਬੀਆਂ ਨਾਲ ਹੀ ਧੱਕਾ ਹੋ ਰਿਹਾ। ਉਹ ਅੱਗੇ ਆਪਾਂ ਕਹਿੰਦੇ ਹੁੰਦੇ ਹਾਂ ਕਿ ਕਿਸੇ ਪਰਟੀਕੁਲਰ ਫੀਲਡ ਨੂੰ ਲੈ ਕੇ ਹੁੰਦਾ ਜਾਂ ਕਿਸੇ ਇਨਸਾਨ ਨੂੰ ਲੈ ਕੇ ਹੁੰਦਾ ਕਿ ਇਹ ਬੰਦੇ ਨਾਲ ਯਾਰ ਇੱਦਾਂ ਧੱਕਾ ਹੋ ਗਿਆ, ਪਰ ਹੁਣ ਆਪਾਂ ਦੇਖਦੇ ਹਾਂ ਕਿ ਇੰਡਸਟਰੀ ਵਿੱਚ ਵੀ ਇਹ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ। ਅਤੇ ਜਦੋਂ ਕੋਈ ਬੰਦਾ ਅੱਗੇ ਆਉਣ ਦੀ ਕੋਸ਼ਿਸ਼ ਕਰਦਾ ਤਾਂ ਪਤਾ ਨਹੀਂ ਕਿੰਨੇ ਕੁ ਲੋਕ ਉਹਨਾਂ ਦੀਆਂ ਲੱਤਾਂ ਖਿੱਚਦੇ। ਇਹਦਾ ਕਾਰਨ ਕੀ ਹੈ ਉਹ ਆਪਾਂ ਭਾਅ ਜੀ ਤੋਂ ਹੀ ਜਾਣਾਂਗੇ ਅੱਜ, ਕਿ ਇਹਨਾਂ ਦੀ ਜਿਹੜੀ ਫਿਲਮ ਆ ਉਹ ਕਿਉਂ ਨਹੀਂ ਰਿਲੀਜ਼ ਹੋ ਪਈ। ਸੋ ਭਾਅ ਜੀ, ਸਭ ਤੋਂ ਪਹਿਲਾ ਕੁਸ਼ਚਨ ਮੇਰਾ ਇਹੀ ਹੈ ਕਿ ਆਪਣੀ ਫਿਲਮ ਰਿਲੀਜ਼ ਕਿਉਂ ਨਹੀਂ ਹੋ ਪਈ, ਇਹਦਾ ਮਤਲਬ ਉਹਨੂੰ ਸਕਰੀਨਾਂ ਕਿਉਂ ਨਹੀਂ ਮਿਲੀਆਂ, ਰੀਜ਼ਨ ਕੀ ਹੈ ਇਸ ਚੀਜ਼ ਦਾ? ਅਤੇ ਕਿੰਨੇ ਰੀਜ਼ਨ ਨੇ ਜੀ ਇਹਦੇ? ਗੱਲ ਇੱਕ ਰੀਜ਼ਨ ਥੋੜ੍ਹੀ ਹੈਗਾ, ਅਸੀਂ ਆਪ ਵੀ ਜ਼ਿੰਮੇਵਾਰ ਹਾਂ, ਸਿਨੇਮੇ ਵਾਲੇ ਵੀ ਜ਼ਿੰਮੇਵਾਰ ਹਾਂ, ਮੈਂ ਖੁਦ ਵੀ ਹੋ ਸਕਦਾ ਹਾਂ, ਹੈ ਨਾ, ਸਾਰੇ ਨੇ ਮਤਲਬ ਕਲੈਕਟਿਵ ਉਹ ਆ ਰੀਜ਼ਨ ਆ, ਇੱਕ ਸਪੈਸੀਫਿਕ ਇੱਕ ਰੀਜ਼ਨ ਨਹੀਂ ਹੈਗਾ ਕਿ ਇੱਕ ਰੀਜ਼ਨ ਕਹਿ ਦੇਵਾਂ, ਕਲੈਕਟਿਵ ਰੀਜ਼ਨ ਆ। ਤਾਂ ਉਹ ਆ ਜਿਵੇਂ ਪਹਿਲਾ ਰੀਜ਼ਨ ਤਾਂ ਇਹ ਹੈ ਕਿ ਪੰਜਾਬ ਆ, ਪੰਜਾਬੀ ਫਿਲਮ ਆ, ਉੱਥੋਂ ਜਿਹੜਾ ਸਿਨੇਮੇਜ਼ ਵਾਲੇ ਆ ਉਹ ਤੈਅ ਕਰਦੇ ਆ ਵੀ ਤੁਹਾਨੂੰ ਸ਼ੋਜ਼ ਦੇਣੇ ਆ ਕਿ ਨਹੀਂ ਦੇਣੇ, ਕਿੰਨੇ ਦੇਣੇ ਆ, ਹੈ ਨਾ। ਦੂਜਾ ਰੀਜ਼ਨ ਆ ਕਿ ਪੰਜਾਬ 'ਚ ਹਿੰਦੀ ਫਿਲਮਾਂ ਜ਼ਿਆਦਾ ਦੇਖਦੇ ਆ, ਪੰਜਾਬੀ ਫਿਲਮਾਂ ਘੱਟ ਵੇਖਦੇ ਆ, ਤਾਂ ਸ਼ੋਜ਼ ਘੱਟ ਦਿੰਦੇ ਆ। ਤੀਜਾ ਰੀਜ਼ਨ ਆ ਵੀ ਮੈਂ ਨਵਾਂ ਕਲਾਕਾਰ ਹਾਂ, ਹੈ ਨਾ, ਪਤਾ ਨਹੀਂ ਮੈਂ ਨਵਾਂ ਕਲਾਕਾਰ ਹਾਂ ਤਾਂ ਕਰਕੇ ਮੈਨੂੰ ਜਿਹੜਾ ਨਵਾਂ ਕਲਾਕਾਰ ਆ ਉਹਨੂੰ ਸਿਨੇਮੇਜ਼ ਵਾਲੇ ਘੱਟ ਸ਼ੋਜ਼ ਦਿੰਦੇ ਆ, ਕਿਉਂਕਿ ਆਖੇ ਉਹਨਾਂ ਦਾ ਕੰਟੈਂਟ, ਉਹਨਾਂ ਦੀ ਫਿਲਮ ਦੇਖੀ ਜਾਊਗੀ ਕਿ ਨਹੀਂ ਦੇਖੀ ਜਾਊਗੀ, ਐਵੇਂ ਆ। ਉੱਤੋਂ ਮੇਰੀ ਫਿਲਮ ਆਰਟ ਫਿਲਮ ਆ, ਹੈ ਨਾ, ਇਹ ਲੋਕਾਂ ਦਾ ਕਹਿਣਾ, ਮਰਸ਼ਲ ਨਹੀਂ ਸਿਨੇਮੇ ਉਹਨਾਂ ਦਾ ਕਹਿਣਾ ਆ, ਆ ਲੋਕਾਂ ਦਾ ਨਹੀਂ ਕੋਈ ਵੀ ਕਹਿਣਾ। ਫਿਲਮ ਆਰਟ ਆ ਉਹ ਤਾਂ ਦੇਖ ਕੇ ਪਤਾ ਲੱਗੂਗੀ ਨਾ ਆਰਟ ਕੀ ਆ, ਕਮਰਸ਼ਲ ਕੀ ਆ। ਹਾਂਜੀ, ਇੱਕ ਟ੍ਰੇਲਰ ਨਹੀਂ ਤੁਹਾਨੂੰ ਦੱਸ ਸਕਦਾ, ਹਾਂ ਤਾਂ ਟ੍ਰੇਲਰ ਤੁਹਾਨੂੰ ਦੱਸ ਦੂਗਾ, ਓਵਰਵਿਊ ਦੱਸਦਾ ਵੀ ਫਿਲਮ ਦੇ ਵਿੱਚ ਇੰਟਰਸਟਿੰਗ ਆ ਕਿ ਨਹੀਂ ਇੰਟਰਸਟਿੰਗ। ਮਤਲਬ ਫਿਲਮ ਦਾ ਟ੍ਰੇਲਰ ਤੁਸੀਂ ਦੇਖ ਲਓ, ਉਹ ਤਾਂ ਸਾਫ਼ ਰੋਮੈਂਟਿਕ ਟ੍ਰੇਲਰ ਆ, ਰੋਮੈਂਟਿਕ ਸਟੋਰੀ ਦੇ, ਉਹ ਟ੍ਰੇਲਰ ਇਹ ਦੱਸਦਾ ਪਿਆ ਵੀ ਫਿਲਮ ਰੋਮੈਂਟਿਕ ਆ, ਰੋਮੈਂਟਿਕ ਲਵ ਸਟੋਰੀ ਆ। ਹਾਂਜੀ, ਹੈ ਨਾ, ਉਹਦੇ ਵਿੱਚ ਆਰਟ ਹੋਣਾ ਤਾਂ ਮਸਟ ਆ, ਫਿਲਮ ਦੇ ਵਿੱਚ ਆਰਟ ਨਹੀਂ ਹੈਗਾ ਤਾਂ ਆਪਾਂ ਕਿਵੇਂ ਕਹਿ ਦਾਂਗੇ ਫਿਲਮ ਆ? ਦੇਖਿਆ ਜਾਵੇ ਤਾਂ ਦੁਨੀਆ ਦੀ ਹਰ ਚੀਜ਼ 'ਚ ਆਰਟ ਆ। ਹਾਂ, ਹਰੇਕ ਚੀਜ਼, ਐਵਰੀਥਿੰਗ ਇਜ਼ ਆਰਟ, ਮਤਲਬ ਆਰਟ ਤੋਂ ਬਿਨਾਂ ਹੈ ਹੀ ਨਹੀਂ, ਕੁਛ ਹੈ ਹੀ ਨਹੀਂ, ਹੈ ਨਾ। ਆਰਟ ਤੋਂ ਬਿਨਾਂ, ਆਰਟ ਕਲਾ ਇੱਕ ਵਰਡ ਆ, ਉਹਦੇ ਵਿੱਚ ਕੀ ਹੁੰਦਾ ਕਿ ਤੁਹਾਡੀ ਅੱਖ ਨੂੰ ਕੁਛ ਚੁੱਭੇ ਨਾ। ਹਾਂਜੀ, ਜਿਹੜੀ ਅੱਖ ਨੂੰ ਚੁੱਭਦੀ ਉਹ ਆਰਟ ਨਹੀਂ ਹੈਗੀ, ਆਰਟ ਨਹੀਂ ਹੈਗਾ। ਜਿਵੇਂ ਕੰਨਾਂ ਨੂੰ ਕੁਛ ਸੁਣਦੇ ਹਾਂ ਆਪਾਂ, ਗੀਤ ਨਹੀਂ ਪਸੰਦ ਆਇਆ ਤਾਂ ਉਹ ਗੀਤ ਨਹੀਂ ਹੋਊਗਾ, ਮਤਲਬ ਉਹਦੇ ਸ਼ੋਰ ਹੋਊਗਾ, ਸੰਗੀਤ ਨਹੀਂ ਹੋਊਗਾ। ਐਵੇਂ ਕਲਾ ਦੇ ਵਿੱਚ ਵੀ ਐਵੇਂ ਆ, ਜਿਹੜੀ ਅੱਖ ਨੂੰ ਚੁੱਭੂਗੀ ਉਹ ਕਲਾ ਨਹੀਂ ਹੋਊਗੀ। ਤੁਸੀਂ ਇਹ ਮੰਨਦੇ ਹੋ ਕਿ ਇਹੀ ਇੱਕ ਕਾਰਨ ਹੈ ਕਿ ਫਿਲਮ ਨੂੰ ਇੱਦਾਂ ਕਹਿ ਦਿੱਤਾ ਗਿਆ ਕਿ ਇੱਕ ਆਰਟ ਹੈ?
ਹਾਂ ਸ਼ਾਇਦ ਇਹੀ ਇਸੀ ਕਰਕੇ ਕਿਹਾ ਹੋਊਗਾ, ਹੋਰ ਪਤਾ ਨਹੀਂ ਮੈਂ ਕਿਵੇਂ ਕਹਿ ਸਕਦਾ, ਕਿਉਂਕਿ ਮੈਨੂੰ ਨਹੀਂ ਪਤਾ ਹੈਗਾ ਇਸ ਗੱਲ ਦਾ, ਸਾਹਮਣੇ ਵਾਲੇ ਨੂੰ ਜ਼ਰੂਰ ਪਤਾ ਕਿਉਂਕਿ ਮੇਰੇ ਕੋਲ ਰੀਜ਼ਨ ਹੁੰਦਾ ਤਾਂ ਮੈਂ ਤਾਂ ਦੱਸ ਦਿੰਦਾ। ਉਹਨਾਂ ਦਾ ਕਹਿਣ ਦਾ ਮੋਟਿਵ ਤਾਂ ਇਹੀ ਆ। ਫਿਰ ਉੱਤੋਂ ਅਸੀਂ ਪੰਜਾਬ ਦੇ ਅਸੀਂ ਵੀ ਜ਼ਿੰਮੇਵਾਰ ਹਾਂ, ਕਿਉਂਕਿ ਜਦੋਂ ਮੈਂ ਫਿਲਮ ਰਿਲੀਜ਼ ਕਰਨ ਦੀ ਤਰੀਕ ਮਿੱਥੀ ਹੋਈ ਸੀਗੀ ਤਾਂ ਉਦੋਂ ਇੱਕ ਦੋ ਹਿੰਦੀ ਫਿਲਮਾਂ ਵੱਡੀਆਂ ਲੱਗੀਆਂ ਹੋਈਆਂ ਸੀ। ਉਹ ਜਿਹੜਾ ਉਹ ਜ਼ਿਆਦਾ ਚੱਲਦੀਆਂ ਪਈਆਂ ਆ ਹਾਂਜੀ ਪੰਜਾਬ ਦੇ ਵਿੱਚ, ਅਤੇ ਉਹ ਪੰਜਾਬ ਦੇ ਵਿੱਚ ਜਿਹੜੀ ਸਿਨੇਮੇਜ਼ ਵਾਲਿਆਂ ਨੂੰ ਉਹੀ ਆ ਕਿ ਜਿਹੜੀ ਚੀਜ਼ ਜ਼ਿਆਦਾ ਚੱਲੂਗੀ ਉਹੀ ਚਲਾਊਗੇ ਨਾ। ਹਾਂਜੀ ਫਿਰ ਉਹ ਜ਼ਿਆਦਾ ਚੱਲਦੀ ਪਈ ਆ ਇੱਥੇ ਹੁਣ ਪੰਜਾਬ ਦੇ ਲੋਕ ਦੋਸ਼ੀ ਨੇ ਕਿ ਉਹ ਪੰਜਾਬੀ ਕੋਈ ਨਵਾਂ ਮਤਲਬ ਉਹੀ ਚਿਹਰਾ ਵੇਖਣਾ ਪਸੰਦ ਕਰਦੇ ਨੇ ਜਿਹੜਾ ਵੱਡਾ ਹੋਊਗਾ, ਨਵਾਂ ਚਿਹਰਾ ਪਸੰਦ ਨਹੀਂ ਕਰਦੇ ਹੈਗੇ ਇਹਦਾ ਮਤਲਬ। ਹਾਂਜੀ ਹਾਂ ਜੀ, ਕਿਉਂਕਿ ਉਹ ਹਿੰਦੀ ਫਿਲਮ ਚੱਲਦੀ ਪਈ, ਉਹਨਾਂ ਨੇ ਸ਼ੋਜ਼ ਨਹੀਂ ਦਿੱਤੇ ਹੈਗੇ ਸਾਨੂੰ, ਮੁੱਦਾ ਤਾਂ ਹਿੰਦੀ ਦਾ ਆ। ਹਾਂ ਫਿਰ ਹੋਰ ਮੈਨੂੰ ਇੱਥੋਂ ਤੱਕ ਪਤਾ ਲੱਗਾ ਕਿ ਜਿਹੜਾ ਪੰਜਾਬ ਤੋਂ ਬਾਹਰ ਦੂਜਾ ਜਿੱਦਾਂ ਮਹਾਰਾਸ਼ਟਰ ਆ ਜਾਂ ਬੰਗਾਲ ਆ ਜਾਂ ਹੋਰ ਸਾਊਥ ਇੰਡੀਅਨ ਹੈ ਨਾ, ਉਹਨਾਂ ਦਾ ਸਿਨੇਮਾ ਵੀ ਵੱਡਾ ਆ ਹੈ ਨਾ, ਤਾਂ ਉਹ ਆਪਣੇ ਰੀਜਨਲ ਸਿਨੇਮੇ ਨੂੰ ਸ਼ੋਜ਼ ਦਿੰਦੇ ਆ, ਚਾਹੇ ਕਿੱਡੀ ਮਰ ਮੈਨੂੰ ਜਿੱਥੋਂ ਤੱਕ ਮੈਨੂੰ ਪਤਾ ਹਲੇ ਮੈਂ ਲੱਭਦਾ ਪਿਆ ਇਨਫੋਰਮੇਸ਼ਨ ਕਿ ਹੈਗੀ ਤਾਂ ਹੈ, ਬਟ ਉਹ ਵੀ ਚਾਹੀਦਾ ਹੁੰਦਾ ਨਾ ਡਾਕੂਮੈਂਟੇਸ਼ਨ। ਹਾਂਜੀ ਤਾਂ ਉਹ ਕਹਿੰਦੇ ਆ ਕਿ ਉੱਥੇ ਜੇ ਕੋਈ ਵੱਡੀ ਫਿਲਮ ਲੱਗੀ ਹੋਵੇ, ਕੋਈ ਵੀ ਫਿਲਮ ਲੱਗੀ ਹੋਵੇ ਮਤਲਬ ਜੇ ਰੀਜਨਲ ਫਿਲਮ ਵਿੱਚ ਆਉਂਦੀ ਆ ਤਾਂ ਉਹਨੂੰ ਸ਼ੋਜ਼ ਦੇਣੇ ਪੈਂਦੇ, ਮਿਨੀਮਮ ਸ਼ੋਜ਼। ਉਹਨਾਂ ਨੇ ਪ੍ਰਾਇਓਰਟੀ ਆਪਣੇ ਰੀਜਨਲ ਸਿਨੇਮਾ ਨੂੰ, ਆਪਣੇ ਸਿਨੇਮਾ ਆਪਣੀ ਲੈਂਗੁਏਜ ਨੂੰ ਆ। ਹਾਂਜੀ ਸਾਡੇ ਇੱਥੇ ਹੈ ਨੀਗੀ, ਇੱਥੇ ਨਹੀਂ। ਹਾਂ ਤੁਸੀਂ ਦੇਖ ਲਓ ਇੱਕ ਹਿੰਦੀ ਫਿਲਮ ਆ ਪੰਜਾਬ ਦੇ ਵਿੱਚ ਤਾਂ ਹਿੰਦੀ 'ਚ ਲੱਗੀ ਆ, ਪਰ ਪੰਜਾਬ ਤੋਂ ਬਾਹਰ ਜਿਹੜੀਆਂ ਦੂਜੀਆਂ ਸਟੇਟਾਂ ਆ ਸਾਊਥ ਇੰਡੀਅਨ ਸਟੇਟਾਂ ਆ ਉਹਨਾਂ ਨੇ ਉਹਨਾਂ ਦੀ ਭਾਸ਼ਾ 'ਚ ਡੱਬ ਕੀਤੀ ਆ ਸਾਨੂੰ ਪੰਜਾਬੀ 'ਚ। ਜੇ ਮੈਨੂੰ ਉਹ ਪੰਜਾਬੀ 'ਚ ਫਿਲਮ ਲੱਗੀ ਹੁੰਦੀ ਤਾਂ ਜਾਂ ਕੋਈ ਵੀ ਹਿੰਦੀ ਪੰਜਾਬੀ 'ਚ ਲੱਗਦੀ ਤਾਂ ਉਹ ਸਾਨੂੰ ਕੋਈ ਇਸ਼ੂ ਨਹੀਂ ਹੈਗਾ, ਬਟ ਰੀਜਨਲ ਜੇ ਸਾਡੀ ਲੈਂਗੁਏਜ ਪੰਜਾਬੀ ਤਾਂ ਸਾਡੀ ਤਾਂ ਪੰਜਾਬੀ ਹੋਣੀ ਚਾਹੀਦੀ ਨਾ। ਕਿਤੇ ਨਾ ਕਿਤੇ ਤੁਸੀਂ ਜਿਹੜਾ ਆਪਣਾ ਪੰਜਾਬੀ ਮਿਊਜ਼ਿਕ ਫਿਲਮ ਇੰਡਸਟਰੀ ਦਾ ਜੋ ਭਾਈਚਾਰਾ ਉਹਨੂੰ ਵੀ ਸਮਝਦੇ ਹੋ ਕਿ ਉਹ ਨਾ ਲਾ ਕੇ ਖੜਦੇ ਨਹੀਂ ਗੇ ਜਾਂ ਖੜੇ ਹੈ ਜਾਂ ਨਹੀਂ ਖੜੇ? ਅਤੇ ਉਹਨਾਂ ਦਾ ਤਾਂ ਮੇਰੇ ਨਾਲ ਕੋਈ ਇੱਦਾਂ ਹੈ ਨੀਗਾ। ਅੱਛਾ ਮੇਰੀਆਂ ਆਪਦੀਆਂ ਫਿਲਮਾਂ ਆ, ਮੈਂ ਆਪਦੀਆਂ ਫਿਲਮਾਂ ਬਣਾਈਆਂ ਆ, ਮੈਂ ਰਿਲੀਜ਼ ਕਰਨਾ ਚਾਹੁੰਦਾ, ਉਹ ਖੜਨਗੇ ਜਾਂ ਨਹੀਂ ਖੜਨਗੇ ਉਹ ਉਹਨਾਂ ਦੀ ਮਰਜ਼ੀ ਆ ਜੀ, ਮੈਂ ਤਾਂ ਉਹਨਾਂ ਨੂੰ ਕਹਿ ਨਹੀਂ ਸਕਦਾ, ਮੈਂ ਤਾਂ ਕਹਿ ਸਕਦਾ। ਹਾਂਜੀ ਮਤਲਬ ਇੱਕ ਗੱਲ ਆ, ਕਹਿ ਸਕਦਾ ਉਹ ਖੜਨਾ ਜਾਂ ਨਾ ਖੜਨਾ ਉਹ ਉਹਨਾਂ ਦੀ ਮਰਜ਼ੀ ਆ ਹੈ ਨਾ ਜੀ, ਕਿਉਂਕਿ ਉਹ ਮੈਂ ਨਹੀਂ, ਕਿਉਂਕਿ ਮੈਂ ਬਾਹਲਾ ਵਿਚਰਦਾ ਨਹੀਂ ਉਹਨਾਂ ਵਿੱਚ। ਹਾਂਜੀ ਜੇ ਵਿਚਰਦਾ ਹੋਵਾਂ ਤਾਂ ਕਹਿ ਦੇਵਾਂ ਬਾਬਾ, ਨਹੀਂ ਮੈਂ ਵਿਚਰਦਾ ਹੀ ਨਹੀਂ ਹੈਗਾ ਉਹਨਾਂ 'ਚ। ਹਾਂਜੀ ਇੱਕ ਭਾਜੀ ਜਿਵੇਂ ਫਿਲਮ ਜਦੋਂ ਇੱਕ ਰਿਲੀਜ਼ ਹੁੰਦੀ ਹੈ ਹਾਂਜੀ ਤਾਂ ਜਿਹੜੇ ਬੰਦੇ ਉਹਨਾਂ ਨੂੰ ਰਿਲੀਜ਼ ਕਰਾਉਂਦੇ ਆ ਆਪਾਂ ਉਹਨਾਂ ਨੂੰ ਡਿਸਟ੍ਰੀਬਿਊਟਰ ਕਹਿ ਦਿੰਦੇ ਹਾਂ, ਤੁਹਾਡੀ ਫਿਲਮ ਦਾ ਕੋਈ ਡਿਸਟ੍ਰੀਬਿਊਟਰ ਸੀ ਜਾਂ ਤੁਸੀਂ ਖੁਦ ਇਹ ਚੀਜ਼ਾਂ ਕਰ ਰਹੇ ਸੀ ਸਾਰੀ? ਨਹੀਂ ਹੈਗਾ ਸੀਗਾ ਸੀ ਜੀ, ਉਹਦੇ ਬਾਵਜੂਦ ਵੀ ਆਪਾਂ ਨੂੰ ਸ਼ੋਜ਼ ਨਹੀਂ ਮਿਲੇ? ਓਕੇ ਉਹ ਕਹਿੰਦੇ ਸੀ ਤਰੀਕ ਅੱਗੇ ਲੈ ਜਾਓ। ਅੱਛਾ ਮੈਂ ਫਿਲਮ ਰਿਲੀਜ਼ ਕਰਨੀ ਸੀ 6 ਦਸੰਬਰ ਨੂੰ। ਹਾਂਜੀ ਕਿਉਂਕਿ ਮੇਰਾ ਬਰਥਡੇ ਸੀਗਾ। ਹਾਂਜੀ ਫਿਰ ਮੈਂ 8 ਕਰ ਦਿੱਤੀ, ਕਹਿੰਦੇ ਸ਼ੁੱਕਰਵਾਰ ਕਰੋ ਬੁੱਧਵਾਰ, ਕਿਉਂਕਿ 6 ਨੂੰ ਬੁੱਧਵਾਰ ਪੈਂਦਾ ਸੀਗਾ। ਠੀਕ ਹੈ ਫਿਰ ਸ਼ੁੱਕਰਵਾਰ ਕਰਤੀ ਉਹਨਾਂ ਦੇ ਕਹੇ 'ਤੇ, ਬਟ ਉਹ ਵੀ ਵਿਚਾਰੇ ਸ਼ੋਅ ਨਹੀਂ ਦਵਾ ਸਕੇ ਕਿਉਂਕਿ ਉਹਨਾਂ ਦਾ ਜ਼ੋਰ ਤਾਂ ਹੀ ਚੱਲੂਗਾ ਜੇ ਸਿਨੇਮਾ ਖਾਲੀ ਹੋਣਗੇ। ਸਿਨੇਮੇ 'ਚ ਤਾਂ ਇੱਕ ਹਿੰਦੀ ਕੰਟੈਂਟ ਚੱਲਦਾ ਪਿਆ ਆ, ਹਿੰਦੀ ਫਿਲਮ ਲੱਗੀ ਹੋਈ ਆ, ਕਿਉਂਕਿ ਇੱਥੇ ਕੋਈ ਹੈ ਨਹੀਂ ਗਾ ਰੂਲ ਵੀ ਤੁਹਾਨੂੰ ਤੁਹਾਡੀ ਫਿਲਮ ਨੂੰ ਤੁਹਾਡੀ ਲੈਂਗੁਏਜ ਨੂੰ ਓਰੀਜਨਲ ਲੈਂਗੁਏਜ ਨੂੰ ਮਿਨੀਮਮ ਸ਼ੋਜ਼ ਮਿਲਣੇ ਚਾਹੀਦੇ ਆ, ਇੱਦਾਂ ਦਾ ਹੈ ਹੀ ਨਹੀਂ ਗਾ ਰੂਲ ਕੋਈ ਵੀ ਇੱਥੇ। ਇਹ ਰੂਲ ਹੋਣਾ ਚਾਹੀਦਾ। ਹਾਂਜੀ ਜੇ ਬਾਕੀ ਸਟੇਟਾਂ 'ਚ ਹੈਗਾ ਤਾਂ ਇੱਥੇ ਵੀ ਹੋਣਾ ਚਾਹੀਦਾ, ਮਸਟ ਆ, ਉਹ ਤਾਂ ਹਰੇਕ ਲੈਂਗੁਏਜ ਲਈ ਹੋਣਾ ਚਾਹੀਦਾ ਆ ਹੈ ਨਾ ਜੀ। ਤਾਂ ਮਤਲਬ ਜਿਹੜਾ ਮੇਨ ਖਿੱਤਾ ਉਸ ਖਿੱਤੇ ਨੂੰ ਤਾਂ ਪ੍ਰੈਫਰ ਕਰਨਾ ਹੀ ਚਾਹੀਦਾ। ਪੰਜਾਬ ਵਿੱਚ ਤਾਂ ਸਗੋਂ ਉਮੀਦਾਂ ਹੋਰ ਜਾਗਦੀਆਂ। ਹਾਂ ਪੰਜਾਬ ਦੇ ਅਕਸਰ ਅਸੀਂ ਲੋਕ ਆ, ਜੇ ਆਪਾਂ ਕੋਈ ਹਿੰਦੀ ਦੀ ਗੱਲ ਕਰ ਦਿੰਦਾ ਉਹਨੂੰ ਖਾਣ ਨੂੰ ਪੈਂਦੇ ਆ ਹਾਂਜੀ ਹੈ ਨਾ, ਆਪਾਂ ਖਿੱਚਦੇ ਹਾਂ ਜਾਂ ਹੋਰ ਵੀ ਕੋਈ ਲੈਂਗੁਏਜ ਦੀ ਗੱਲ ਕਰਦੇ ਹਾਂ
ਹਿੰਦੀ ਨਹੀਂ ਇਕੱਲੀ, ਹੋਰ ਵੀ ਲੈਂਗੁਏਜ ਦੀ ਗੱਲ ਕਰਦੇ ਹਾਂ, ਆਪਾਂ ਖਿੱਚਦੇ ਹਾਂ ਕਿ ਕਿਵੇਂ ਗੱਲ ਕਰਤੀ, ਪਰ ਆਪ ਹੀ ਅਸੀਂ ਹਿੰਦੀ ਫਿਲਮਾਂ ਵੇਖਦੇ ਹਾਂ ਵੱਧ ਚੜ੍ਹ ਕੇ ਆਪਣੇ ਲੋਕਾਂ ਦੇ ਡਬਲ ਫੇਸ ਹੈ। ਮੈਨੂੰ ਪਤਾ ਨਹੀਂ ਇਲਾਂਟੇ ਮੋਲ 'ਚ ਮੇਰੇ ਦੋਸਤ ਨੇ ਦੱਸਿਆ, ਉਹ ਜਿਹੜੀ ਹਿੰਦੀ ਫਿਲਮ ਐਨੀਮਲ ਚੱਲਦੀ ਪਈ ਸੀਗੀ ਉਹਨੂੰ ਇਕੱਲੀ ਨੂੰ 18 ਸ਼ੋਅ ਸੀਗੇ ਇੱਕ ਦਿਨ ਦੇ। ਅੱਛਾ, ਮੈਨੂੰ ਪੂਰੇ ਪੰਜਾਬ 'ਚ ਮਸਾਂ ਹੀ, ਜਦੋਂ ਲਾਸਟ ਮੈਂ ਪੁੱਛਿਆ 5-6 ਤਰੀਕ ਨੂੰ ਇੱਕ ਕਿਸੇ ਨੂੰ ਬੋਂਬੇ ਤੋਂ ਡਿਸਟ੍ਰੀਬਿਊਟਰ ਦਾ ਨੰਬਰ ਦਿੱਤਾ ਸੀਗਾ ਕੋਈ ਹੋਰ ਬੰਦਾ, ਮੈਂ ਤਾਂ ਬੜੇ ਟਰਾਈ ਕੀਤੇ, ਉਹ ਕਹਿੰਦੇ ਸੀ ਸਰ ਜਾਨ ਲਗਾ ਦੀ ਹੈ ਮੈਨੇ ਹਿੰਦੀ 'ਚ, ਉਹ ਤਾਂ ਵਿਚਾਰਾ ਬੋਂਬੇ ਵਾਲਾ ਸੀਗਾ। ਹਾਂਜੀ ਹਾਂਜੀ, ਤਾਂ ਕਿ ਮਸਾਂ ਹੀ ਪੂਰੇ ਪੰਜਾਬ 'ਚ 20 ਸ਼ੋਅ ਮਿਲਦੇ ਪਏ ਸੀ ਮੇਰੀ ਫਿਲਮ ਨੂੰ, ਪੂਰੇ ਪੰਜਾਬ 'ਚ ਸਿਰਫ 20 ਸ਼ੋਅ ਇੱਕ ਪੰਜਾਬੀ ਫਿਲਮ ਨੂੰ, ਉਹ ਵੀ ਮਾਰ ਪਿੱਟ ਕੇ, ਮਤਲਬ ਜ਼ੋਰ ਲਾ ਕੇ ਪੂਰੀ ਤਾਕਤ, ਕਹਿੰਦਾ ਪੂਰੀ ਤਾਕਤ ਮਤਲਬ ਉਹਦੀ ਪੂਰੀ ਤਾਕਤ ਦਾ ਬੜਾ ਵੱਡਾ ਸੀਗਾ ਸਟ੍ਰੈਸ, ਪੂਰਾ ਜ਼ੋਰ ਦਿੱਤਾ, ਐਮਫਸਾਈਜ਼ ਕੀਤਾ ਸੀ ਉਹਨੇ ਸ਼ਬਦ 'ਤੇ। ਤਾਂ ਬਟ ਇੱਥੇ ਇਕੱਲੇ ਦੇਖ ਲਓ ਫਿਲਮ ਦੇ ਵਿੱਚ ਕਿਛੂ ਫਿਲਮ ਨੂੰ ਉੱਨੇ ਸ਼ੋਅ ਸੀਗੇ, ਇੱਕ ਪੰਜਾਬੀ ਫਿਲਮ ਨੂੰ ਪੰਜਾਬ ਦੇ ਵਿੱਚ ਸ਼ੋਅ ਨਹੀਂ ਸੀਗੇ। ਫਿਰ ਕੀ ਕਹਿ, ਫਿਰ ਮਤਲਬ ਕੀ ਕਹੀਏ ਹੁਣ, ਤੁਸੀਂ ਸਮਝਦੇ ਨਹੀਂ ਕਿ ਬੜਾ ਵੱਡਾ ਧੱਕਾ ਹੀ ਹੈ ਇੱਕ ਤਰ੍ਹਾਂ ਦਾ, ਵੱਡਾ ਛੋਟਾ ਧੱਕਾ ਨਹੀਂ ਹੁੰਦਾ, ਕਿ ਧੱਕਾ ਧੱਕਾ ਹੀ ਹੁੰਦਾ, ਧੱਕੇ 'ਚ ਵੱਡਾ ਛੋਟਾ ਕੁਛ ਨਹੀਂ ਹੁੰਦਾ ਹੈਗਾ, ਹੈ ਨਾ। ਹੁਣ ਧੱਕਾ ਜਿਹੜਾ ਵਰਡ ਆ, ਜੇ ਵੱਡਿਆਂ 'ਚ ਕਰੀਏ ਤਾਂ ਵੱਡਾ ਧੱਕਾ ਹੋ ਜਾਂਦਾ, ਛੋਟਿਆਂ 'ਚ ਕਰੀ ਛੋਟਾ ਧੱਕਾ ਹੋ ਜਾਂਦਾ, ਧੱਕਾ ਆਪਣੇ ਆਪ 'ਚ ਹੀ ਧੱਕਾ ਆ ਇਹਦੇ ਵਿੱਚ, ਇਹ ਨਹੀਂ ਕਹਿ ਸਕਦੇ ਕਿ ਇਹ ਛੋਟਾ ਧੱਕਾ ਹੋਇਆ ਜਾਂ ਵੱਡਾ ਧੱਕਾ ਹੋਇਆ, ਧੱਕਾ ਹੋਇਆ ਬਸ, ਇੱਦਾਂ ਕਹਿ ਸਕਦੇ ਹਾਂ। ਇਹ ਨਹੀਂ ਮੈਨੂੰ ਪਤਾ ਹੈਗਾ ਜੀ ਧੱਕਾ ਕਿੰਨਾ ਕੁ ਹੋਇਆ ਆ। ਅੱਛਾ, ਜੇ ਆਪਾਂ ਦੂਜੇ ਪੁਆਇੰਟ ਆਫ ਵਿਊ ਨਾਲ ਦੇਖੀਏ, ਕਿਹੜੇ ਪੁਆਇੰਟ ਆਫ ਵਿਊ ਨਾਲ, ਜੇਕਰ ਤੁਸੀਂ ਮਤਲਬ ਉਸ ਹਿੰਦੀ ਫਿਲਮਾਂ ਵਾਲੀ ਕੈਟਾਗਰੀ 'ਚ ਹੁੰਦੇ, ਮੰਨ ਲਓ ਤੁਸੀਂ ਪੰਜਾਬ ਦੇ ਜੰਮਪਲ ਨਾ ਹੁੰਦੇ, ਤੁਸੀਂ ਇੱਕ ਬਿਜ਼ਨਸ ਮਾਈਂਡ ਦੀ ਤਰਫੋਂ ਸੋਚੋ ਕਿ ਐਨੀਮਲ ਫਿਲਮ ਲੱਗੀ ਹੈ ਜਾਂ ਹੋਰ ਹਿੰਦੀ ਫਿਲਮਾਂ ਲੱਗੀ ਜਿਨ੍ਹਾਂ ਦੀ ਹਾਈਪ ਬੜੀ ਬਣੀ। ਹੁਣ ਦੇਖੋ ਤੁਸੀਂ ਤਰੀਕ, ਮੈਂ ਇੱਕ ਮੈਂ ਵਿੱਚ ਟੁਕਦਾ, ਹਾਂਜੀ, ਅੱਗੇ ਵੀ ਤਰੀਕਾ ਹੈ ਨਹੀਂ ਗਿਆ ਕਿਉਂਕਿ ਅੱਗੇ ਵੀ ਬਹੁਤ ਵੱਡੀਆਂ ਫਿਲਮਾਂ ਆ ਰਹੀਆਂ ਆ, ਹਾਂਜੀ, ਸੁਪਰਸਟਾਰ ਵੱਡੇ ਬਾਲੀਵੁੱਡ ਦੇ ਉਹ ਆ ਰਹੇ ਆ, ਹੈ ਨਾ। ਮੇਰਾ ਕੁਐਸਚਨ ਉਹੀ ਹੈ ਵੀ ਕਿਤੇ ਨਾ ਕਿਤੇ ਉਹਨਾਂ ਦਾ ਉਹ ਬਿਜ਼ਨਸ ਮਾਈਂਡ ਹੈ ਜਾਂ ਉਹ ਪੁਰਾਣੇ ਇਸ ਇੰਡਸਟਰੀ ਦੇ ਵਿੱਚ ਹੈਗੇ ਆ ਤੇ ਵੀ ਉਹ ਵੀ ਆਪਣਾ ਫਾਇਦਾ ਹੀ ਸੋਚ ਰਹੇ ਆ, ਜਾਂ ਚਲੋ ਉਹ ਨਹੀਂ ਸੋਚ ਰਹੇ, ਉਹ ਤਾਂ ਬਿਜ਼ਨਸ ਹੈ, ਉਹਨਾਂ ਦਾ ਬਿਜ਼ਨਸ ਆ। ਨਹੀਂ, ਮੈਂ ਵੀ ਐਜ਼ ਏ ਬਿਜ਼ਨਸਮੈਨ ਤਾਂ ਮੈਂ ਵੀ ਦੇਖ ਰਿਹਾ ਆਪਣੀ ਫਿਲਮ ਨੂੰ, ਮੈਂ ਵੀ ਕਹਿ ਰਿਹਾ ਉਹਨਾਂ ਨੂੰ ਕਿ ਮੇਰੀ ਫਿਲਮ ਵੀ ਬਹੁਤ ਸੋਹਣੀ ਹੈ, ਐਜ਼ ਏ ਬਿਜ਼ਨਸ ਪ੍ਰੋਸਪੈਕਟ ਤੋਂ ਕਹਿ ਰਿਹਾ, ਮੈਂ ਕਿਹੜਾ ਉਸ ਐਕਟਰ ਪੱਖ ਤੋਂ ਤਾਂ ਮੈਂ ਕਹਿ ਹੀ ਨਹੀਂ ਰਿਹਾ ਹੈਗਾ, ਐਕਟਰ ਪੱਖ ਤੋਂ ਤਾਂ ਸਿਨੇਮੇ 'ਚ ਪਤਾ ਲੱਗਣਾ, ਆਡੀਅੰਸ ਨੇ ਦੱਸਣਾ, ਮੈਂ ਤਾਂ ਬਿਜ਼ਨਸ ਪੱਖ ਤੋਂ ਹੀ ਉਹਨਾਂ ਨਾਲ ਗੱਲ ਕਰ ਰਿਹਾ ਸੀ, ਭਾਈ ਵਧੀਆ ਫਿਲਮ ਆ, ਕਮਰਸ਼ੀਅਲ ਫਿਲਮ ਆ, ਆਰਟ ਫਿਲਮ ਨਹੀਂ ਹੈਗੀ, ਆਰਟ ਹੈਗਾ ਆ ਵਿੱਚ, ਉਹ ਮਤਲਬ ਵਿਦਆਊਟ ਆਰਟ ਫਿਲਮ ਨਹੀਂ ਹੋ ਸਕਦੀ, ਡੈਫੀਨੇਟਲੀ ਜੀ। ਫਿਰ ਉਹ ਆ ਦੇਖੋ ਹੁਣ ਉਹਨਾਂ ਨੂੰ ਅੱਗੇ ਵੀ ਨਹੀਂ ਹੈਗਾ, ਅੱਗੇ ਤਰੀਕ ਹੈ ਨਹੀਂ ਸੀਗੀ। ਭਾਅ ਜੀ, ਮੈਂ ਤੁਹਾਡਾ ਫਿਲਮ ਦਾ ਟ੍ਰੇਲਰ ਦੇਖਿਆ ਅਤੇ ਮੈਂ ਇੱਕ ਵਾਰੀ ਨਹੀਂ, ਮੈਂ 2-3 ਵਾਰੀ ਦੇਖਿਆ ਅਤੇ ਉਹਦੇ ਵਿੱਚ ਜਿਹੜੀ ਇੱਕ ਮਤਲਬ ਰੂਹ ਨੂੰ ਖਿੱਚ ਪੈਂਦੀ ਹੈ ਨਾ ਟ੍ਰੇਲਰ ਨੂੰ ਦੇਖ ਕੇ, ਸ਼ਾਇਦ ਉਹ ਜਿਹੜੀਆਂ ਬਾਕੀ ਵੱਡੇ ਵੱਡੇ ਕਲਾਕਾਰਾਂ ਦੀਆਂ ਫਿਲਮਾਂ ਆਉਂਦੀਆਂ ਨਾ ਉਹਨਾਂ ਨੂੰ ਵੇਖ ਕੇ ਵੀ ਨਹੀਂ ਪੈਂਦੀ। ਤੁਸੀਂ ਧੰਨਵਾਦ ਤੁਹਾਡਾ ਜੀ ਇਸ ਗੱਲ ਲਈ, ਉਹਦੇ ਵਿੱਚ ਤੁਹਾਡੇ ਐਫਰਟਸ ਲੱਗੇ ਦੇਖਦੇ ਆ, ਤੁਸੀਂ ਜਿਵੇਂ ਪਹਿਲਾਂ ਫੋਟੋਗ੍ਰਾਫੀ ਕਰਦੇ ਰਹੇ ਹੋ ਇੰਨੇ ਟਾਈਮ ਤੋਂ, ਤੁਸੀਂ ਜਾਨ ਪਾ ਦਿੰਦੇ ਹੋ ਇੱਕ ਫੋਟੋ ਦੇ ਵਿੱਚ, ਹੈ ਨਾ। ਮੈਂ ਤੁਹਾਡੇ ਪਿਛਲੇ ਪੋਡਕਾਸਟ ਵੀ ਦੇਖੇ ਆ ਜਿਵੇਂ ਤੁਸੀਂ ਕਿਹਾ ਵੀ ਮੈਂ ਪਤਾ ਨਹੀਂ ਕਿੰਨੇ ਕਿੰਨੇ 100 ਕਿਲੋਮੀਟਰ ਸਫ਼ਰ ਕਰਦਾ ਸਿਰਫ ਇੱਕ ਫੋਟੋ ਵਾਸਤੇ, ਹਾਂਜੀ, ਅਤੇ ਫਿਲਮ ਦੇ ਲਈ ਤੁਸੀਂ ਪਤਾ ਨਹੀਂ ਕਿੰਨੀ ਕੁ ਘਾਲਣਾ ਘਾਲੀ ਹੋਣੀ ਹੈ, ਅਤੇ ਤੁਸੀਂ ਮਤਲਬ ਹੁਣ ਇਸ ਟਾਈਮ ਜੇ ਮੈਂ, ਵੈਸੇ ਤਾਂ ਮੈਨੂੰ ਪੁੱਛਣਾ ਨਹੀਂ ਚਾਹੀਦਾ, ਡਿਸਪੁਆਇੰਟਮੈਂਟ ਫੀਲ ਕਰ ਰਹੇ ਹੋ ਜਾਂ ਮਤਲਬ ਚੜ੍ਹਦੀ ਕਲਾ 'ਚ ਹੋ? ਇਹ ਡਿਸਪੁਆਇੰਟਮੈਂਟ ਨਹੀਂ ਕਦੇ ਵੀ ਹੁੰਦੀ ਹੁੰਦੀ, ਕਿਸੇ ਨੂੰ ਵੀ ਨਹੀਂ ਡਿਸਪੁਆਇੰਟਮੈਂਟ ਹੁੰਦੀ ਹੁੰਦੀ, ਵੈਸੇ ਬੰਦਾ ਆਪਣੇ ਜਿਹੜੇ ਖਿਆਲ ਹੁੰਦੇ ਆ ਉਹਨਾਂ ਨੂੰ ਢਾਇਆ ਭੰਨ ਕਰਦਾ ਰਹਿੰਦਾ ਆ, ਇੱਦਾਂ ਨਹੀਂ, ਇੱਦਾਂ, ਇੱਦਾਂ ਨਹੀਂ, ਇੱਦਾਂ ਇੱਦਾਂ ਹੁੰਦਾ ਹੁੰਦਾ, ਆਪਦੇ ਮਾਇੰਡ ਵਿੱਚ ਚੀਜ਼ਾਂ ਨੂੰ ਘੁੰਮਾਉਂਦਾ ਫਿਰਦਾ ਰਹਿੰਦਾ ਆ, ਉਹਨੂੰ ਡਿਸਪੁਆਇੰਟਮੈਂਟ ਕਹਿ ਦਿੰਦੇ, ਵਰਡ ਉਹਦੇ ਲਈ ਡਿਸਪੁਆਇੰਟਮੈਂਟ ਕਹਿ ਸਕਦੇ ਹਾਂ। ਬਟ ਮੈਨੂੰ ਇੰਨਾ ਨਹੀਂ ਹੈਗਾ, ਬਟ ਫੀਲ ਇਹੀ ਆ ਕਿ ਮੈਂ ਯਾਰ ਰਿਲੀਜ਼ ਕਰਨ ਆਇਆ ਸੀਗਾ, ਮੈਂ ਹੋਰ ਕੰਮ ਕਰ ਲਵਾਂ ਬਸ, ਹੋਰ ਕੀ ਆ,
ਕਿੰਨਾ ਆ ਇਹ ਡਿਸਪੁਆਇੰਟਮੈਂਟ ਦਾ ਨਹੀਂ ਮੈਨੂੰ ਐਗਜ਼ੈਕਟ ਪਤਾ ਕਿ ਮੈਨੂੰ ਹੈਗੀ ਹੈ ਕਿ ਨਹੀਂ ਹੈਗੀ ਇਹ ਨਹੀਂ ਮੈਂ ਕਹਿ ਸਕਦਾ ਬਟ ਹਾਂ ਮੈਂ ਖੁਸ਼ ਤਾਂ ਮੈਂ ਪਹਿਲਾਂ ਵੀ ਸੀ ਹੁਣ ਵੀ ਹੈਗਾ ਕੋਈ ਐਡਾ ਨਹੀਂ ਹੈਗਾ ਬਟ ਹਾਂ ਇਹ ਸੀਗਾ ਜਦ ਸ਼ੋਅ ਮਿਲ ਜਾਂਦੇ ਫਿਲਮ ਮੈਂ ਵਿਹਲਾ ਹੋ ਜਾਂਦਾ ਮੈਂ ਇੱਕ ਦੋ ਆਪਣੀਆਂ ਐਕਸ਼ਨ ਫਿਲਮਾਂ ਬਣਾਉਣਾ ਚਾਹੁੰਦਾ ਉਹ ਬਣਾ ਲਵਾਂ ਕਿਉਂਕਿ ਇਹ ਫਿਲਮ ਜਿਹੜੀ ਆ ਮੇਰੇ ਦੋਸਤ ਅਮਿਤ ਸਨੌਰੀਆ ਉਹਨਾਂ ਦੀ ਡਾਇਰੈਕਟ ਕੀਤੀ ਹੋਈ ਫਿਲਮ ਆ ਅੱਛਾ ਉਹਨਾਂ ਦੀ ਸਟੋਰੀ ਆ ਅੱਛਾ ਮੈਂ ਐਜ਼ ਏ ਪ੍ਰੋਡਿਊਸਰ ਅਤੇ ਐਕਟਰ ਹਾਂ ਮੈਂ ਮੇਰਾ ਵਿੱਚ ਕੋਈ ਰੋਲ ਨਹੀਂ ਹੈਗਾ ਹੋਰ ਇਹਦੇ ਵਿੱਚ ਹਾਂਜੀ ਵਿੱਚ ਐਕਟਿੰਗ ਦਾ ਰੋਲ ਆ ਅਤੇ ਇੱਕ ਪ੍ਰੋਡਿਊਸਰ ਦਾ ਰੋਲ ਆ ਤਾਂ ਇੱਕ ਦੋ ਮੇਰੇ ਦੋਸਤ ਨੇ ਜਿਹੜੇ ਇੱਥੇ ਆਏ ਸੀਗੇ ਨਾਲ ਉਹ ਪ੍ਰੋਡਿਊਸਰ ਆ ਹੋਰ ਨਹੀਂ ਅੱਛਾ ਹਾਂਜੀ ਮਤਲਬ ਕਹਿ ਸਕਦੇ ਹਾਂ ਕਿ ਫੈਮਿਲੀ ਦਾ ਹੀ ਪੈਸਾ ਲੱਗਾ ਸਾਰਾ ਹਾਂ ਮੇਰਾ ਹੀ ਮਤਲਬ ਮੇਰੀ ਫੈਮਿਲੀ ਦਾ ਹੀ ਲੱਗਾ ਹੋਇਆ ਕਿਸੇ ਦਾ ਨਹੀਂ ਹੈਗਾ ਮਤਲਬ ਕੋਈ ਉਹ ਨਹੀਂ ਹੈਗਾ ਮਤਲਬ ਮੇਰੀ ਫੈਮਿਲੀ ਦਾ ਮਤਲਬ ਮੇਰਾ ਹੀ ਆ ਮੇਰੇ ਦੋਸਤ ਵੀ ਉਹ ਵੀ ਮੇਰੇ ਹੀ ਆ ਹਾਂਜੀ ਹਾਂਜੀ ਮੇਰੇ ਪੈਸੇ ਲੱਗੇ ਹੋਏ ਆ ਕਿਸੇ ਉਹਦੇ ਨਹੀਂ ਹੈਗੇ ਸੋ ਕਾਲਡ ਪ੍ਰੋਡਿਊਸਰ ਨਹੀਂ ਹੈਗਾ ਮਤਲਬ ਪ੍ਰੋਡਿਊਸਰ ਅਸੀਂ ਆਪਣੇ ਨਾਂ ਪਾਏ ਹੋਏ ਸਾਰੇ ਸਾਡੇ ਆਪਣੇ ਨਾਂ ਆ ਅਸੀਂ ਵੰਡ ਲਏ ਅੱਛਾ ਤੂੰ ਆਹ ਪ੍ਰੋਡਿਊਸਰ ਹੈ ਤੂੰ ਆਹ ਪ੍ਰੋਡਿਊਸਰ ਹੈ ਬਸ ਇੱਦਾਂ ਆ ਹਾਂਜੀ ਬੜੇ ਸਾਰੇ ਕੁਐਸਚਨ ਹੈ ਭਾਜੀ ਮਾਇੰਡ 'ਚ ਪਹਿਲਾਂ ਫਿਲਮ ਨੂੰ ਲੈ ਕੇ ਗੱਲ ਕਰਦੇ ਹਾਂ ਹਜੇ ਹੋਰ ਕੀ ਉਮੀਦਾਂ ਹਜੇ ਵੀ ਕਦੋਂ ਤੱਕ ਫਿਲਮ ਰਿਲੀਜ਼ ਹੋਣੀ ਹੈ ਜਾਂ OTT ਤੇ ਦੇ ਰਹੇ ਹੋ ਜਾਂ OTT ਤੇ ਨਹੀਂ ਕੋਈ ਗੱਲ ਪਹਿਲਾਂ ਗੱਲ ਚੱਲਦੀ ਸੀ ਕਿ ਉਦੋਂ ਉਹ ਵੀ ਨਹੀਂ ਸੀ ਬਾਹ ਫੜਾ ਰਹੇ ਕਿਉਂਕਿ ਉਹ ਵੀ ਕਹਿੰਦੇ ਸੀ ਆਰਟ ਫਿਲਮ ਆ ਇਹੋ ਜਿਹੀ ਫਿਲਮਾਂ ਘੱਟ ਦੇਖਦੇ ਆ ਪਤਾ ਨਹੀਂ ਮੈਨੂੰ ਇਹ ਨਹੀਂ ਪਤਾ ਹੈਗਾ ਕਿ ਇਹੋ ਜਿਹੀਆਂ ਫਿਲਮਾਂ ਲੋਕ ਵੇਖਦੇ ਆ ਕਿਉਂਕਿ OTT ਜੇ ਡਿਜੀਟਲ ਦਾ ਦੌਰ ਹੈ ਉਹਦੇ 'ਚ ਤਾਂ ਹਰ ਤਰ੍ਹਾਂ ਦਾ ਕੰਟੈਂਟ ਦੇਖਿਆ ਜਾ ਰਿਹਾ ਅੱਜ ਕੱਲ੍ਹ ਹੈ ਨਾ ਜੀ ਤਾਂ ਪਸੰਦ ਆਉਣ 'ਤੇ ਆ ਤਾਂ ਸਿਨੇਮਾ ਦੇਖਦੇ ਹਾਂ ਜਨਵਰੀ 'ਚ ਦੇਖ ਲਾਂਗੇ ਹਾਲੇ ਫਿਲਹਾਲ ਤਾਂ ਹੈ ਨਹੀਂ ਦੇਖਾਂਗੇ ਕੋਈ ਵੱਡੀ ਫਿਲਮ ਤਾਂ ਨਹੀਂ ਆ ਰਹੀ ਦੇਖਾਂਗੇ ਕੋਈ ਬਾਲੀਵੁੱਡ ਦਾ ਵੱਡਾ ਤਾਂ ਨਹੀਂ ਹੈਗਾ ਹਾਂਜੀ ਭਾਜੀ ਇੱਕ ਨਾ ਮੈਂ ਕਨਫਿਊਜ਼ ਹੋ ਰਿਹਾ ਹੁਣ ਇਹ ਆਰਟ ਅਤੇ ਕਮਰਸ਼ੀਅਲ ਨੂੰ ਲੈ ਕੇ ਮੈਂ ਇਹ ਕਹਿੰਦਾ ਮੇਰੀ ਕਮਰਸ਼ੀਅਲ ਆਰਟ ਫਿਲਮ ਆ ਮਤਲਬ ਆਰਟਿਸਟਿਕ ਫਿਲਮ ਕਿਹੜੀ ਹੁੰਦੀ ਹੈ ਜਾਂ ਮੈਂ ਟ੍ਰੇਲਰ ਦੇਖਿਆ ਮੈਨੂੰ ਤਾਂ ਕੁਛ ਉਹਦੇ 'ਚ ਐਂ ਨਹੀਂ ਲੱਗਿਆ ਕਿ ਕੋਈ ਇੱਕ ਆਪਾਂ ਮੈਲੋਡੀ ਕਹਿ ਸਕਦੇ ਸਿੰਗਿੰਗ ਮੈਲੋਡੀ ਹੁੰਦੀ ਪਤਾ ਨਹੀਂ ਜੀ ਇਹ ਨਹੀਂ ਮੈਨੂੰ ਪਤਾ ਲੱਗ ਰਿਹਾ ਹਾਲੇ ਤੱਕ ਮੈਂ ਖੋਜ ਵਿੱਚ ਖੋਜ ਕਰ ਰਿਹਾ ਮੈਂ ਖੋਜ ਕਰ ਰਿਹਾ ਵੀ ਐਗਜ਼ੈਕਟ ਡੈਫੀਨੇਸ਼ਨ ਕਿਹੜੀ ਆ ਆਰਟ ਦੇ ਕਮਰਸ਼ੀਅਲ ਦੀ ਜਾਂ ਤੁਹਾਨੂੰ ਲੱਗਦਾ ਕਿ ਜਿਹੜੇ ਮੇਕਰਸ ਆ ਜਾਂ ਜਿਹੜੇ ਜਿਨ੍ਹਾਂ ਨੇ ਕਬਜ਼ਾ ਕੀਤਾ ਹੋਇਆ ਇੱਕ ਤਰ੍ਹਾਂ ਦਾ ਆਪਾਂ ਪੰਜਾਬੀ 'ਚ ਸਿੱਧਾ ਕਹਿ ਲਈਏ ਵੀ ਉਹਨਾਂ ਨੇ ਕੈਟਾਗਰਾਈਜ਼ ਕਰਤੀਆਂ ਚੀਜ਼ਾਂ ਵੀ ਹੁਣ ਕਿਸੇ ਦਾ ਵੀ ਨਹੀਂ ਹੈਗਾ ਜੀ ਹਾਂਜੀ ਆਪਾਂ ਕਿਹਦਾ ਕਬਜ਼ਾ ਕਹਾਂਗੇ ਨਹੀਂ ਮਤਲਬ ਬਣਾਉਣ ਦਾ ਬਣਾਉਣ ਨੂੰ ਤਾਂ ਹਰ ਕੀ ਬਣਾ ਰਿਹਾ ਜੀ ਕਬਜ਼ਾ ਕਿਸੇ ਦਾ ਨਹੀਂ ਹੈਗਾ ਹਾਂਜੀ ਜਿਹਦੀ ਵਾਹ ਚੱਲਦੀ ਉਹ ਲਾ ਲੈਂਦਾ ਕਬਜ਼ਾ ਕਬਜ਼ਾ ਨਹੀਂ ਕਿਸੇ ਦਾ ਹੈਗਾ ਜੀ ਮੈਂ ਪੰਜਾਬੀ 'ਚ ਉਹੀ ਕਹਿ ਰਿਹਾ ਉਹੀ ਸਿੰਪਲ ਸ਼ਬਦ ਨਹੀਂ ਕਬਜ਼ਾ ਤਾਂ ਹੁੰਦਾ ਮਤਲਬ ਉਹੀ ਬਹਿ ਗਿਆ ਬੰਦਾ ਆ ਕੇ ਹਾਂਜੀ ਕਬਜ਼ਾ ਤਾਂ ਉਹ ਕਰਦਾ ਹੁੰਦਾ ਜਿਹੜਾ ਬਹਿ ਗਿਆ ਜਿਹਨੂੰ ਹਿਲਾਉਣ ਲਈ ਅੱਡੀ ਦਾ ਜ਼ੋਰ ਲੱਗਦਾ ਅੱਡੀ ਤੱਕ ਦਾ ਜ਼ੋਰ ਲੱਗੇ ਬੰਦਾ ਨਾ ਤਾਂ ਵੀ ਨਹੀਂ ਹਿਲਦਾ ਉਹ ਕਬਜ਼ੇ ਵਾਲਾ ਕਬਜ਼ਾ ਚਲੋ ਇੱਦਾਂ ਕਹਿ ਸਕਦੇ ਹਾਂ ਵੀ ਜਿਹਦਾ ਚੱਲ ਰਿਹਾ ਇੰਨੇ ਸਮੇਂ ਤੋਂ ਉਹਨਾਂ ਦਾ ਚੱਲੀ ਜਾ ਰਿਹਾ ਵਧੀਆ ਅਤੇ ਉਹ ਕਿਸੇ ਨਵੇਂ ਨੂੰ ਐਂਟਰੀ ਨਹੀਂ ਹੋਣ ਦਿੰਦੇ ਚਲੋ ਜੋ ਵੀ ਕਹਿ ਲਈਏ ਆਪਾਂ ਮੇਰਾ ਕੁਐਸਚਨ ਅਸਲ ਦੇ ਵਿੱਚ ਇਹ ਸੀਗਾ ਜਿਹੜਾ ਕਿ ਮੈਂ ਖੁਦ ਭੁੱਲ ਗਿਆ ਕੋਈ ਗੱਲ ਨਹੀਂ ਚੇਤੇ ਕਿਉਂ ਅਗਲਾ ਕਰ ਲਓ ਫਿਰ ਚੇਤੇ ਆ ਗਿਆ ਫਿਰ ਕਰ ਲਏ ਮੈਂ ਤੁਹਾਡੇ ਨਾਲ ਬਾਕੀ ਵੀ ਪੋਡਕਾਸਟ ਸੁਣੇ ਜੇ ਮੈਨੂੰ ਆਹ ਕੁਐਸਚਨ ਯਾਦ ਆ ਗਿਆ ਮੈਂ ਵਿੱਚ ਹੀ ਆਪਾਂ ਲਾ ਦਾਂਗੇ ਅਨਫਿਲਟਰ ਹੀ ਇੱਦਾਂ ਹੀ ਚੱਲਣੇ ਆ ਇਹ ਅਤੇ ਉਹਦੇ ਵਿੱਚ ਭਾਅ ਜੀ ਤੁਸੀਂ ਇੱਕ ਗੱਲ ਕੀਤੀ ਸੀ ਹੁਣ ਆਪਾਂ ਥੋੜ੍ਹਾ ਫਿਲਮ ਤੋਂ ਹਟਦੇ ਹਾਂ ਹਨਾ ਹਾਂਜੀ ਕਿਉਂਕਿ ਮੇਰੇ ਖਿਆਲ ਤੁਸੀਂ ਵੀ ਬੜੀਆਂ ਗੱਲਾਂ ਕਰ ਲਈਆਂ ਬੜੇ ਇੰਟਰਵਿਊ ਦੇ ਲਏ ਫਿਲਮ ਨੂੰ ਲੈ ਕੇ ਹਾਂਜੀ ਥੋੜ੍ਹਾ ਜਿਹਾ ਆਪਾਂ ਚਲੋ ਦੂਜੇ ਪਾਸੇ ਚੱਲਦੇ ਹਾਂ ਹੁਣ ਹਾਂਜੀ ਉਹਦੇ 'ਚ ਨਾ ਤੁਸੀਂ ਗੱਲਾਂ ਕਰ ਰਹੇ ਸੀਗੇ ਕਿ ਤੁਸੀਂ ਬੱਚਿਆਂ ਨੂੰ ਖੁਦ ਪੜ੍ਹਾਉਂਦੇ ਹੋ ਅਤੇ ਮੈਂ ਨਾ ਉਹ ਆਪਣੀ ਵਾਈਫ ਨੂੰ ਘਰੇ ਆ ਕੇ ਦੱਸਿਆ ਮੈਂ ਕਿਹਾ ਹਰ ਭਾਅ ਜੀ ਹੈਗੇ ਆ ਅਤੇ ਉਹ ਬੱਚਿਆਂ ਨੂੰ ਖੁਦ ਪੜ੍ਹਾਉਂਦੇ ਆ ਤੁਸੀਂ ਕਿੱਥੇ ਪੜ੍ਹਾਉਂਦੇ ਹੋ ਨਹੀਂ ਮੇਰਾ ਬੱਚਾ ਤਾਂ ਭਾਈ ਸਕੂਲ 'ਚ ਹੀ ਜਾ ਰਿਹਾ ਅੱਛਾ ਜੀ ਅਤੇ ਜਿਵੇਂ ਬਾਕੀਆਂ ਦੇ ਜਾ ਰਿਹਾ ਕਿਉਂਕਿ ਇਹ ਬੜਾ ਮੈਨੂੰ ਸ਼ੌਕਿੰਗ ਲੱਗਾ ਅਤੇ ਮੈਂ ਕਿਹਾ ਭਾਅ ਜੀ ਨੂੰ ਮੈਂ ਜਦੋਂ ਵੀ ਮਿਲਣਾ ਮੈਂ ਭਾਅ ਜੀ ਨੂੰ ਪੁੱਛਣਾ ਕਿ ਭਾਅ ਜੀ ਇਹ ਚੀਜ਼ ਤੁਸੀਂ ਕਿੱਦਾਂ ਇੰਪਲੀਮੈਂਟ ਕੀਤੀ ਹੈ ਜਾਂ ਕਿਉਂ ਕੀਤੀ ਹੈ ਸਭ ਤੋਂ ਪਹਿਲਾਂ ਕੁਐਸਚਨ ਇਹ ਵੀ ਕਿਉਂ ਘਰੇ ਹੀ ਕਿਉਂ ਪੜ੍ਹਾਉਣਾ ਸਕੂਲ 'ਚ ਕਿਉਂ ਨਹੀਂ ਸਕੂਲ 'ਚ ਕਿਉਂ ਪੜ੍ਹਾਉਣਾ ਹੈ ਘਰੇ ਕਿਉਂ ਨਹੀਂ ਮੈਂ ਤੁਹਾਨੂੰ ਸਵਾਲ ਕਰਦਾ
ਮੈਂ ਦੱਸਦਾ ਭਾਅ ਜੀ, ਇਹ ਹੈ ਕਿ ਹੁਣ ਜਿਵੇਂ ਆਪਣੇ ਕੰਮਾਂ ਕਾਰਾਂ 'ਚ ਆਪਾਂ ਲੱਗੇ ਰਹਿੰਦੇ ਹਾਂ 9 to 6, 9 to ਜਿਵੇਂ ਵੀ ਜੋਬ ਕਰਦੇ ਹਾਂ ਜੀ, ਕਿਸੇ ਦਾ ਬਿਜ਼ਨਸ ਹੈ, ਲੋਕਾਂ ਦੇ ਦਿਮਾਗ 'ਚ ਸ਼ਾਇਦ ਕਦੇ ਆਉਂਦਾ ਹੀ ਨਹੀਂ ਗਾ ਕਿ ਅਸੀਂ ਖੁਦ ਪੜ੍ਹਾਈਏ, ਹੈ ਨਾ। ਹੋ ਸਕਦਾ ਕਿਸੇ ਦਾ ਦਿਲ ਕਰਦਾ ਹੋਵੇ ਪਰ ਉਹ ਇੰਪਲੀਮੈਂਟ ਨਹੀਂ ਕਰ ਪਾਉਂਦਾ ਹੋਊਗਾ। ਅਤੇ ਦੂਜੀ ਗੱਲ ਕਿ ਆਪਾਂ ਕਹਿੰਦੇ ਹਾਂ ਕਿ ਲੋਕ ਬੱਚਿਆਂ ਨਾਲ ਪੜ੍ਹਨਗੇ ਜਵਾਕ ਅਤੇ ਉਹ ਜ਼ਿਆਦਾ ਗਰੋ ਕਰਨਗੇ, ਸਕਿੱਲਸ ਡਿਵੈਲਪ ਹੁੰਦੀਆਂ ਸਕੂਲਾਂ ਦੇ ਵਿੱਚ। ਇੱਦਾਂ ਕਿੱਥੇ ਲਿਖਿਆ? ਲਿਖਿਆ ਨਹੀਂ ਭਾਅ ਜੀ, ਇਹ ਪ੍ਰੋਪਾਗੈਂਡਾ ਕਹਿ ਲਓ ਜਾਂ ਸਕੂਲਾਂ ਦੀ ਤੁਸੀਂ ਪ੍ਰਮੋਸ਼ਨ ਕਹਿ ਲਓ ਜਾਂ ਇੱਕ ਬਿਜ਼ਨਸ ਜਿਹੜਾ ਪੁਆਇੰਟ ਆਫ ਵਿਊ ਕਹਿ ਲਓ, ਕੁਛ ਵੀ ਕਹਿ ਲਓ, ਵੀ ਜੋ ਚੱਲਿਆ ਆ ਰਿਹਾ ਬਸ ਉਹੀ ਹੈ। ਦੇਖੋ, ਇੱਕ ਪਿੱਛੇ ਜੇ ਬੰਦੇ ਨੇ ਇੱਕ ਗੱਲ ਕਹਿਤੀ, 10 ਬੰਦਿਆਂ ਨੇ ਫੋਲੋ ਕਰ ਲਈ, ਉਹ 10 ਦੇ ਅੱਗੇ 100 ਬੰਦਾ ਇਕੱਠਾ ਆਇਆ, ਉਹਨਾਂ ਨੇ 100 ਨੂੰ ਗੱਲ ਕਹਿਤੀ, 100 ਤੋਂ ਅੱਗੇ 1000 ਨੂੰ, ਲੱਖ 1000 ਤੋਂ ਲੱਖਾਂ ਨੂੰ ਹੋਈ ਗੱਲ ਚੱਲਦੀ ਆ ਰਹੀ ਆ। ਆਪਾਂ ਪੰਜਾਬੀ 'ਚ ਕਹਿੰਦੇ ਨਾ ਲਕੀਰ ਅਤੇ ਫਕੀਰ, ਹਾਂਜੀ, ਉਹ ਕੌਣ ਹੁੰਦੇ ਆ ਜਿਹੜੇ ਲਕੀਰ 'ਤੇ ਚੱਲਦੇ ਆ? ਉਹ ਲਕੀਰ ਦੇ ਫਕੀਰ ਆ। ਮੈਂ ਨਹੀਂ ਬਣਨਾ ਚਾਹੁੰਦਾ ਲਕੀਰ ਦਾ ਫਕੀਰ। ਬਸ ਮੈਂ ਪੜ੍ਹ ਲਿਆ, ਮੈਂ ਪੜ੍ਹਿਆ ਹਾਂ ਸਕੂਲੇ, ਹਾਂਜੀ, ਮੈਂ ਪਿੰਡ ਦੇ ਪ੍ਰਾਇਮਰੀ ਸਕੂਲੇ ਪੜ੍ਹਿਆ, ਟੋਬੇ ਵਾਲਾ ਸਾਡਾ ਸਕੂਲ ਸੀਗਾ, ਹੈ ਨਾ। ਜਦੋਂ ਮੀਂਹ ਪੈਂਦਾ ਹੁੰਦਾ ਸੀਗਾ ਤਾਂ ਟੋਬਾ ਪਾਣੀ ਪਿੰਡਦਾ ਸਾਰਾ, ਟੋਬੇ 'ਚ, ਟੋਬੇ ਸਕੂਲ, ਸਕੂਲ ਉਹਦੇ 'ਚ, ਟੋਬੇ 'ਚ ਸਕੂਲ, ਅਸੀਂ ਫੱਟੀਆਂ ਤਾਰ ਕੇ ਆ ਜਾਈਦਾ ਹੁੰਦਾ ਸੀਗਾ, ਫੱਟੀ ਇੱਧਰੋਂ ਮਾਰੀ ਉਹ ਹੋ ਜਾਂਦੀ, ਤਤੀਰੀਆਂ ਨਹੀਂ ਚਲਾਉਂਦੇ, ਤਾਂ ਫੱਟੀ ਦੀਆਂ ਤਤੀਰੀਆਂ ਚਲਾਈ ਦੀ ਸੀ ਉੱਧਰ ਆ ਜਾਈਦੇ, ਵੀ ਮਹੀਨਾ ਬੰਦ ਹੁੰਦਾ ਸੀ ਸਕੂਲ, ਪਾਣੀ ਜਦ ਤੱਕ ਉੱਤਰਦਾ ਨਹੀਂ ਥੱਲੇ, ਨਾ ਐਵੇਂ ਹੁੰਦਾ ਸੀਗਾ। ਤਾਂ ਮੈਂ ਦੇਖ ਲਿਆ, ਕਾਲਜ ਵੀ ਦੇਖ ਲਿਆ, ਵਧੀਆ ਸਕੂਲੇ ਪੜ੍ਹਿਆ, ਮੈਂ ਸੋਫਟ ਇੰਜੀਨੀਅਰਿੰਗ ਵੀ ਕਰ ਲਈ ਆ, ਮੈਂ ਮਾਸਟਰਸ, ਮੈਂ 2008 ਦਾ ਪਾਸ ਆਊਟ ਹਾਂ, ਹਾਂਜੀ, ਅਤੇ ਠੀਕ ਆ, ਵਧੀਆ ਆ। ਮੈਂ ਦੇਖ ਲਿਆ ਵੀ ਮੈਂ ਆਪਣੇ ਜਵਾਕਾਂ ਨੂੰ ਨਹੀਂ ਪੜ੍ਹਾਉਣਾ ਉੱਥੇ, ਬਸ ਮੈਂ ਆਪ ਪੜ੍ਹਾ ਸਕਦਾ, ਉਹਨਾਂ ਨੂੰ ਸਕਿੱਲਸ ਸਿਖਾ ਸਕਦਾ। ਤੁਸੀਂ ਕਾਹਦੀ ਪੜ੍ਹਾਈ ਕੀਤੀ ਆ? ਮੈਂ ਤਾਂ ਭਾਅ ਜੀ ਆਰਟਸ ਕੀਤੀ ਹੈ। ਫਿਰ ਤੁਸੀਂ ਆ ਕਿੱਧਰ ਆ ਗਏ ਫਿਲਮ ਮੇਕਿੰਗ 'ਚ? ਇਹ ਤਾਂ ਮੈਂ ਬਾਅਦ 'ਚੋਂ ਆ ਗਿਆ ਨਾ, ਐਨੀਮੇਸ਼ਨ ਐਂਡ ਮਲਟੀਮੀਡੀਆ ਕੀਤਾ। ਉਵੇਂ ਉਹ ਵੀ ਆ ਜਾਣਗੇ? ਨਹੀਂ, ਮੇਰਾ ਉਹੀ ਹੈ, ਮੇਰਾ ਵੀ ਪੁਆਇੰਟ ਆਫ ਵਿਊ ਹੈ ਤੁਹਾਡੇ ਤੋਂ ਪਹਿਲਾਂ ਨਾ, ਅਸੀਂ ਕਾਫੀ ਸਾਰੇ ਜਿਹੜੇ ਐਜੂਕੇਸ਼ਨ ਨਾਲ ਰਿਲੇਟਡ ਲੋਕ ਹੈ ਨਾ, ਉਹਨਾਂ ਨੂੰ ਵੀ ਪੋਡਕਾਸਟ 'ਤੇ ਸੱਦਿਆ, ਅਤੇ ਸਾਡੀਆਂ ਗੱਲਾਂ ਦਾ ਸਿੱਟਾ ਹੀ ਨਿਕਲਦਾ ਸੀ ਹਮੇਸ਼ਾ ਕਿ ਆਪਾਂ ਐਜੂਕੇਸ਼ਨ ਜੋ ਮਰਜ਼ੀ ਕਰੀ ਜਾਈਏ ਪਰ ਕਦੇ ਵੀ ਉਹ ਐਜੂਕੇਸ਼ਨ ਕੰਮ ਨਹੀਂ ਆਉਂਦੀ, ਆਪਾਂ ਡਿਗਰੀਆਂ ਲੈ ਕੇ ਵੀ ਫਿਰਦੇ ਰਹਿੰਦੇ ਹਾਂ। ਤੁਹਾਡਾ ਪੁਆਇੰਟ ਆਫ ਬਿਲਕੁਲ ਸਹੀ ਹੈ, ਮੈਂ ਐਗਰੀ ਕਰਦਾ ਉਸ ਨਾਲ, ਅਤੇ ਸ਼ਾਇਦ ਲੋਕਾਂ ਨੂੰ ਸਮਝ ਲੱਗੇ, ਪਰ ਮੇਰਾ ਕੁਐਸਚਨ ਇਹੀ ਹੈ ਇੱਕ ਕਿ ਸਮਾਂ ਨਿਕਲ ਜਾਂਦਾ ਤੁਹਾਨੂੰ ਬੱਚਿਆਂ ਨੂੰ ਪੜ੍ਹਾਉਣ ਦੇ ਲਈ? ਬਿਲਕੁਲ ਜੀ, ਤੁਸੀਂ ਵੀ ਕੱਢ ਸਕਦੇ ਹਾਂ ਬੱਚਿਆਂ ਨੂੰ, ਜੇ ਤੁਸੀਂ ਈਜ਼ੀਲੀ 2 ਘੰਟੇ ਵੀ ਪੜ੍ਹਾ ਦੂੰਗੇ ਨਾ, ਉਹ ਜਿਹੜਾ ਸਕੂਲ ਦੇ 8-9 ਘੰਟੇ 10 ਘੰਟੇ ਬਿਠਾਉਂਦੇ ਆ, ਬਰਾਬਰ ਉਹ ਬਰਾਬਰ ਹੈ ਜੀ, ਜੇ ਤੁਸੀਂ ਪੜ੍ਹਾਉਂਗੇ ਖੁਦ, ਹੈ ਨਾ। ਹਾਂਜੀ, ਦੇਖੋ ਅਕਸਰ ਆ ਉਹ ਇੰਨੇ ਕੁ ਬੱਚਿਆਂ ਨੂੰ 8-10 ਟੀਚਰ, 5-7 ਟੀਚਰ ਇਕੱਠੇ ਹੋ ਕੇ ਗਿਆਨ ਸਿਖਾਉਂਦੇ ਆ, ਹੈ ਨਾ, ਆਹ ਨਹੀਂ ਆਹ ਨਹੀਂ ਆਹ ਨਹੀਂ ਲਾਈਫ ਇੱਦਾਂ, ਵਾਹ ਵਾਹ ਕੁਛ ਸਿਖਾਉਂਦੇ ਆ, ਉਹਨਾਂ ਨੂੰ ਆਪ ਤਾਂ ਗਿਆਨ ਨਹੀਂ ਆਇਆ ਹਾਲੇ ਤੱਕ, ਉਹ ਇੱਕ ਸਬਜੈਕਟ ਦੇ ਮਾਸਟਰ ਨੇ। ਮੇਰੇ ਇੱਕ ਵਾਰ ਟੀਚਰ ਨੇ ਮੈਨੂੰ ਕਿਹਾ ਸੀ, ਕਹਿੰਦਾ ਸਟੂਡੈਂਟ ਜ਼ਿਆਦਾ ਹੁਸ਼ਿਆਰ ਹੁੰਦਾ ਟੀਚਰ ਨਾਲੋਂ। ਕਿਵੇਂ? ਕਿਉਂਕਿ ਸਟੂਡੈਂਟ ਜ਼ਿਆਦਾ ਸਿੱਖਣ ਦਾ ਚਾਹਵਾਨ ਹੁੰਦਾ ਆ, ਜਦੋਂ ਸਟੂਡੈਂਟ ਲਾਈਫ 'ਚ ਹੁੰਦਾ, ਇਹ ਵੀ ਪੜ੍ਹ ਲਓ, ਜਿਹੜੇ ਸਿੱਖਣ ਦਾ ਚਾਹਵਾਨ ਹੁੰਦਾ। ਟੀਚਰ ਨੂੰ ਉਨਾ ਹੈ ਕਿ ਆਉਂਦਾ ਹੁੰਦਾ ਜਿੰਨਾ ਉਹ 1 ਸਾਲ ਤੋਂ ਪੜ੍ਹਾਉਂਦਾ ਆ ਰਿਹਾ, ਮਤਲਬ ਉਹ ਟੀਚਰ ਲੱਗ ਗਿਆ, ਉਹਨੇ ਅੱਗੇ ਗਰੋਥ ਨਹੀਂ ਕੀਤੀ ਹੁੰਦੀ, ਹੈ ਨਾ। ਹਾਂਜੀ, ਮੋਸਟਲੀ ਇੱਦਾਂ ਹੁੰਦਾ, ਉਹੀ ਕਿਤਾਬਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ। ਤੁਸੀਂ ਹੁਣ ਉੱਥੇ, ਮੈਂ ਸਟੂਡੈਂਟ ਵਿੱਚ ਮੈਂ ਕੀ ਕਰਨਾ, ਮੈਂ ਗ੍ਰੈਜੂਏਸ਼ਨ ਕੀਤੀ ਕੰਪਿਊਟਰ ਐਪਲੀਕੇਸ਼ਨ ਵਿੱਚ, ਮੈਂ ਸੰਨ 2003 'ਚ ਮੈਂ ਫਸਟ ਈਅਰ 'ਚ ਸੀਗਾ। ਹਾਂਜੀ, ਉੱਥੇ ਵਿੰਡੋਜ਼, ਮੇਰੇ ਜਿਹੜਾ ਕਿਤਾਬ ਸੀਗੀ ਉਹ 'ਚ ਵਿੰਡੋਜ਼ 98 ਸੀਗੀ, ਅਤੇ ਮੈਂ ਵਿੰਡੋਜ਼ 2002 ਵਿੰਡੋਜ਼ XP 'ਤੇ ਸਟੱਡੀ ਕਰਦਾ ਸੀਗਾ। ਕਿਤਾਬਾਂ ਪੁਰਾਣੀਆਂ ਆ,
ਸਿਲੇਬਸ ਪੁਰਾਣੇ ਆ, ਸਿਲੇਬਸ ਪੁਰਾਣੇ, ਉਹੀ ਅਪਗ੍ਰੇਡ ਹੀ ਨਹੀਂ ਕਰਦੇ ਹੈਗੇ। ਫਿਰ ਅਪਗ੍ਰੇਡ ਕਰਦੇ ਕਿਤਾਬਾਂ ਆ, ਹੁਣ ਕਿਤਾਬਾਂ ਜਦੋਂ ਮੰਨ ਲਓ ਕੋਈ ਕਿਤਾਬਾਂ ਲਿਖਦਾ, ਕਿਉਂਕਿ ਉਸ ਵੇਲੇ ਵਿਜ਼ੂਅਲ ਨਹੀਂ ਹੈਗੇ ਸੀਗੇ, ਕਿਤਾਬਾਂ ਦਾ ਦੌਰ ਸੀਗਾ, ਹੁਣ ਵਿਜ਼ੂਅਲ ਦਾ ਦੌਰ ਆ। ਹੁਣ ਸਾਰਾ ਕੁਝ ਤੁਸੀਂ ਦੇਖ ਦੇਖ ਕੇ ਸਿੱਖ ਸਕਦੇ ਆ। ਹੁਣ ਤੁਸੀਂ ਇੰਟਰਨੈਟ ਅਤੇ ਯੂਟਿਊਬ 'ਤੇ ਜਾਓ, ਬੜੇ ਯੂਟਿਊਬ ਚੈਨਲ ਨੇ ਜਿਹੜੇ ਗਿਆਨ ਦੇ ਰਹੇ ਨੇ। ਉਹਨਾਂ ਨੇ ਅੱਗੇ ਕਿਤਾਬਾਂ 'ਚੋਂ ਪੜ੍ਹਦੇ ਹੁੰਦੇ ਸੀ ਸਰੀਰ ਦੀ ਬਾਰੇ, ਜੇ ਅਸੀਂ ਸਰੀਰ ਦੀ ਸਟੱਡੀ ਕਰਨੀ ਆ। ਹੁਣ ਯੂਟਿਊਬ 'ਤੇ ਦੇਖਿਓ, ਬਹੁਤ ਸਾਰੀਆਂ ਬਾਹਰ ਦੀ ਇੰਸਟੀਟਿਊਟ ਆ ਜਿਨ੍ਹਾਂ ਨੇ ਪੂਰੇ ਸਰੀਰ ਖੋਲ੍ਹੇ ਪਏ ਆ, ਦੱਸਿਆ ਹੋਇਆ ਆ, ਹੈ ਨਾ, ਪ੍ਰੋਸੈਟਿਕ ਦੇ ਬਣਾ ਬਣਾ ਕੇ ਰੱਖੇ ਹੋਏ ਆ ਸਰੀਰ, ਕਿ ਆਹ ਸਰੀਰ ਆ, ਆਹ ਮਾਇੰਡ ਆ, ਇਹਦੇ 'ਚ ਅੰਦਰ ਐਵੇਂ ਬ੍ਰੇਨ ਫੰਕਸ਼ਨ ਕਰਦਾ, ਇੱਥੋਂ ਆਹ ਨੜ ਜਾਂਦੀ ਆ, ਸਾਰਾ ਕੁਛ ਬਣਾਈ ਬੈਠੇ ਆ। ਪਹਿਲਾਂ ਕਿਤਾਬਾਂ 'ਚ ਦੇਖਣਾ ਪੈਂਦਾ ਸੀ ਬ੍ਰੇਨ ਕਿੱਥੇ ਗਿਆ। ਹੁਣ ਫਿਰ ਕੀ ਉਹ ਦੱਸੀ ਜਾ ਰਹੇ, ਉਹ ਵੀ ਗਿਆਨ ਹੀ ਦੇ ਰਹੇ, ਇੰਸਟੀਟਿਊਟ ਹੀ ਆ, ਉਹ ਹੀ ਪੜ੍ਹ ਰਹੇ ਆ ਤੁਸੀਂ। ਡੈਫੀਨੇਟਲੀ ਫਿਰ ਉਹ ਕਿਤਾਬਾਂ, ਡਿਗਰੀ ਕੀ ਕਰਨੀ ਆ, ਡਿਗਰੀ ਤਾਂ ਉਹਦੇ ਲਈ, ਜੇ ਤੁਸੀਂ ਜੋਬ ਕਰਨੀ ਚਾਹੁੰਦੇ ਆ, ਸਰਟੀਫਾਈਡ ਆ, ਉਹ ਮੈਂ ਆਪਣੇ ਬੱਚਿਆਂ ਨੂੰ ਨਹੀਂ ਕਰਾ ਰਿਹਾ, ਉਹਨਾਂ ਵਿੱਚ ਨਹੀਂ ਫਸਾ ਰਿਹਾ ਕਿ ਤੁਸੀਂ 60% ਨੰਬਰ ਆ, 70% ਨੰਬਰ ਆ ਲੈਣੇ ਆ, 80% ਨੰਬਰ ਲੈਣੇ। ਮੈਂ ਉਹਨਾਂ ਨੂੰ ਕਿਉਂ ਦਿਮਾਗ 'ਚ ਪਾਵਾਂ ਵੀ ਤੁਸੀਂ 70% ਹੀ ਲੈਣੇ, 90% ਲੈਣੇ ਆ, 100% ਲੈਣੇ ਆ ਨੰਬਰ। ਸਹੀ ਹੈ, ਮੈਂ ਨਹੀਂ ਫਸਾਉਣਾ ਚਾਹੁੰਦਾ ਉਹਨਾਂ ਨੂੰ 70%, 90%, 80% ਵਿੱਚ। ਮੈਨੂੰ ਅੱਜ ਦੀ ਸਕੂਲਿੰਗ ਦਾ ਨਹੀਂ ਪਤਾ, ਮੈਨੂੰ ਨਹੀਂ ਪਤਾ ਕੀ ਹੁੰਦਾ ਸਕੂਲਿੰਗ ਵਿੱਚ, ਕੀ ਕਰਾਉਂਦੇ ਕੀ ਨਹੀਂ ਕਰਾਉਂਦੇ, ਬਟ ਮੇਰੇ ਸਮੇਂ ਵਾਲਾ ਠੀਕ ਸੀਗਾ। ਹੁਣ ਮੈਂ ਬਹੁਤ ਖੁਸ਼ ਹਾਂ, ਮੈਂ ਸਕੂਲੇ ਨਹੀਂ ਜਾਂਦਾ ਯਾਰ, ਕਾਲਜ ਕੁਲਜ ਨਹੀਂ ਜਾਂਦਾ, ਇਵੇਂ ਮੈਂ ਚਾਹੁੰਦਾ ਕਿ ਕੋਈ ਚੱਕਰ ਨਹੀਂ ਹੈਗਾ, ਜਿਹੜੀ ਇਸ਼ੂ ਨਹੀਂ ਹੈਗਾ। ਜਿਹੜੀ ਆਪਾਂ ਤੁਸੀਂ ਹੁਣੇ ਗੱਲ ਕਰ ਰਹੇ ਸੀ ਕਿ 60-70% ਨੰਬਰ, ਅਤੇ ਅੱਜ ਕੱਲ੍ਹ ਤਾਂ ਆਪਾਂ ਐਂ ਵੀ ਦੇਖਦੇ ਹਾਂ ਅਖਬਾਰਾਂ 'ਚ ਕਿ ਬੱਚੇ ਦੇ 80% ਵੀ ਆ ਗਏ ਅਤੇ ਕਈ ਉਹ ਸੁਸਾਈਡ ਕਰ ਰਹੇ ਆ ਡਿਪਰੈਸ਼ਨ ਦੇ ਵਿੱਚ। ਕਾਹਤੇ ਕਰ, ਉਹ ਡਿਪਰੈਸ਼ਨ ਕਾਹਤੇ, ਉਹ ਦੇਖੋ ਤੁਸੀਂ ਇੰਨੇ ਕੁ ਬੱਚੇ ਨੂੰ ਟੀਚਰ ਅਤੇ ਮਾਪੇ ਜਾ ਕੇ ਖੜ ਕੇ ਕਰਦੇ ਗੱਲਾਂ ਕਿ ਤੁਹਾਡੇ ਬੱਚੇ ਨਲਾਇਕ ਆ, ਜਾਂ ਉਹ ਆ, ਜਾਂ ਉਹ ਪੜ੍ਹਦਾ ਨਹੀਂ ਹੈਗਾ, ਜਾਂ ਹੁਸ਼ਿਆਰ ਆ, ਜਾਂ ਆਹ ਨਹੀਂ ਕੰਮ ਕਰਦਾ। ਯਾਰ ਸਾਨੂੰ ਤਾਂ ਆਪ ਨਹੀਂ ਅਗਲਾ ਆਈ ਹੈਗੀ, ਉਹਨੂੰ ਵਿਚਾਰੇ ਨੂੰ ਕਿੱਥੋਂ, ਜਿਹਦਾ ਮਾਇੰਡ ਹੀ ਗਰੋ ਰਿਹਾ ਉਹਨੂੰ ਕਿੱਦਾਂ ਅੱਜ ਕੱਲ੍ਹ ਦੇ ਦੂੰਗੇ ਤੁਸੀਂ? ਉਹਨੂੰ ਹਲੇ ਪਤਾ ਹੀ ਨਹੀਂ ਹੈਗਾ ਜ਼ਿੰਦਗੀ 'ਚ ਹੋਣਾ ਕੀ ਅੱਗੇ। ਉਹਨੂੰ ਗਿਆਨ ਦੇ ਰਹੇ ਹਾਂ, ਕਿਤਾਬਾਂ ਧੱਕੇ ਨਾਲ ਉਹਦੇ ਅੰਦਰ 'ਚ ਦਿਮਾਗ ਬ੍ਰੇਨ 'ਚ ਭਰ ਰਹੇ ਹਾਂ ਆਪਾਂ। ਉਹਨੇ ਆਪ ਹੀ ਬ੍ਰੇਨ, ਉਹਦਾ ਜਿਹੜਾ ਦਿਮਾਗ ਆ, ਉਹਨੇ ਆਪਣੇ ਆਪ ਕੰਮ ਕਰਨਾ ਆ, ਉਹਨੇ ਆਪ ਹੀ ਲਰਨਿੰਗ, ਉਹਨੂੰ ਰਿਲੈਕਸ ਰੱਖੂਗੇ, ਉਹਨੇ ਆਪ ਹੀ ਲਰਨਿੰਗ ਪ੍ਰੋਸੈਸ ਵਿੱਚ ਪੈ ਜਾਣਾ, ਉਹਨੇ ਆਪੇ ਸਿੱਖ ਲੈਣਾ। ਬਿਲਕੁਲ, ਜੇ ਲੋੜ ਪਊਗੀ ਨਾ ਸਿੱਖ ਲੈਣਾ। ਹੁਣ ਮੈਂ ਸੋਫਟਵੇਅਰ ਇੰਜੀਨੀਅਰਿੰਗ ਕੀਤੀ ਆ, ਮੈਨੂੰ ਲੋੜ ਪਈ ਮੈਂ ਸਿੱਖ ਲਿਆ ਜੋ ਸਿੱਖਣਾ ਸੀਗਾ। ਹੁਣ ਮੈਨੂੰ ਮੈਥਮੈਟਿਕਸ ਸਿਖਾਓ, ਪੜ੍ਹਨ ਨੂੰ ਕਹੂੰਗੇ ਮੈਂ ਪੜ੍ਹ ਲੂੰਗਾ, ਪੇਪਰ ਦੇਣ ਲਈ ਨਹੀਂ ਪੜ੍ਹੂੰਗਾ ਮੈਂ, ਇਗਜ਼ਾਮ ਲਈ ਨਹੀਂ। ਇਗਜ਼ਾਮ ਕਿਹਨੂੰ ਦੇਣਾ, ਇਗਜ਼ਾਮ ਕਾਹਤੇ ਦੇਵਾਂ ਮੈਂ ਜੀ, ਪ੍ਰੀਖਿਆ ਦੇਣ ਥੋੜ੍ਹੀ ਆਏ ਹਾਂ ਆਪਾਂ ਇੱਥੇ ਜੀ, ਪ੍ਰੀਖਿਆ ਦੇਣ ਨਹੀਂ ਆਏ ਆਪਾਂ। ਅੱਛਾ, ਜਿਹੜੀਆਂ ਤੋਂ ਆਪਾਂ ਗੱਲਾਂ ਕਰ ਰਹੇ ਹਾਂ ਹੁਣ, ਹਾਂਜੀ, ਇਹਨਾਂ ਗੱਲਾਂ ਤੋਂ ਮੈਨੂੰ ਲੱਗ ਰਿਹਾ ਕਿ ਤੁਸੀਂ ਸ਼ਾਇਦ ਧਾਰਮਿਕ ਵੀ ਹੋ, ਜਿਵੇਂ ਤੁਸੀਂ ਕਿਹਾ ਪ੍ਰੀਖਿਆ ਦੀ ਗੱਲ ਕੀਤੀ ਨਾ ਆਪਾਂ, ਵੀ ਆਪਾਂ ਜੋ ਦੁਨਿਆਵੀ ਚੀਜ਼ਾਂ, ਇਹ ਦੁਨਿਆਵੀ ਚੀਜ਼ ਹੋ ਗਈ ਨਾ, ਇੱਕ ਇਹ ਦੁਨਿਆਵੀ ਚੀਜ਼ ਹੋ ਗਈ ਨਾ, ਸਾਰਾ ਕੁਛ ਦੁਨਿਆਵੀ ਆ, ਸਾਰਾ ਕੁਛ ਸਾਡੀ ਪ੍ਰੋਜੈਕਸ਼ਨ ਆ। ਹੁਣ ਤੁਸੀਂ ਬੈਠੇ ਆ, ਕਿਸੇ ਦਿਮਾਗ ਵਿੱਚ ਆਇਆ ਐਵੇਂ ਤਾਂ ਮਾਈਕ ਬਣਾਉਣਾ ਆ, ਰਿਕਾਰਡਿੰਗ ਕਰਨੀ ਆ, ਅਤੇ ਤਦੇ ਤਾਂ ਹੋਂਦ 'ਚ ਆਈ ਚੀਜ਼ ਸਾਡਾ, ਜੋ ਕੁਛ ਵੀ ਅਸੀਂ ਸਾਰਾ ਕੁਛ ਦੇਖ ਰਹੇ ਹਾਂ, ਇਹ ਸਾਡੇ, ਅਸੀਂ ਹੀ ਕ੍ਰੀਏਟ ਕੀਤਾ ਹੋਇਆ ਹੈ ਨਾ, ਆਪਣੇ ਵੱਲੋਂ ਤਾਂ ਕੁਛ ਨਹੀਂ ਕ੍ਰੀਏਟ ਹੋਇਆ, ਰੁੱਖ ਰੁੱਖ ਆਪ ਕ੍ਰੀਏਟ ਹੋਏ ਆ। ਜਿਹੜੀਆਂ ਆਹ ਚੀਜ਼ਾਂ, ਜਿਹੜੀਆਂ ਸਾਡੇ ਕੰਮ ਦੀਆਂ ਚੀਜ਼ਾਂ, ਉਹ ਅਸੀਂ ਹੀ ਕ੍ਰੀਏਟ ਕੀਤੀਆਂ ਆ, ਕਿਸੇ ਹੋਰ ਨੇ ਨਹੀਂ ਕ੍ਰੀਏਟ ਕੀਤੀਆਂ। ਸੋ ਅਸੀਂ ਕੁਛ ਵੀ ਕ੍ਰੀਏਟ ਕਰ ਸਕਦੇ ਹਾਂ, ਤੁਹਾਨੂੰ ਉਹਦੇ ਵਿੱਚ ਜਾਣਾ ਪਊਗਾ, ਉਸ ਚੀਜ਼ ਦੇ ਵਿੱਚ ਖੁੱਭਣਾ ਪਊਗਾ, ਇੱਦਾਂ ਕਰਕੇ ਹੁੰਦਾ ਨਾ। ਹੁਣ ਮੈਂ ਤੁਹਾਨੂੰ ਦੇਖਣਾ ਚਾਹੁੰਦਾ,
ਇੱਦਾਂ ਦੇਖੂੰਗਾ। ਹੁਣ ਮੈਨੂੰ ਪਤਾ ਨਹੀਂ ਇੱਥੇ ਆ ਵੀ ਲੱਗਾ ਹੋਇਆ, ਮੈਂ ਇੱਦਾਂ ਇੱਦਾਂ ਆ ਤਾਂ ਮੈਨੂੰ ਪਤਾ ਇੱਥੇ ਰੁੱਖ ਆ ਜਾਂ ਉਹ ਲਾਇਆ ਹੋਈ ਪੇਂਟਿੰਗ 'ਚ ਕੀ ਆ ਤੁਸੀਂ, ਹਾਂਜੀ ਹੈ ਨਾ, ਆ ਕੀ ਰੁੱਖ ਦਾ ਪਤਾ ਨਹੀਂ ਕੀ ਲੋਹੇ ਦਾ ਬਣਿਆ ਹੋਇਆ, ਹਾਂਜੀ ਹੈ ਨਾ। ਅਤੇ ਇਹ ਹੁਣ ਆਹ ਕੁਰਸੀ ਜਿਹੜਾ ਸੋਫਾ ਜੀ ਤੁਸੀਂ ਮਾਇਕ ਆ ਸਵੈਟਰ ਹੈ, ਸਾਰਾ ਕੁਛ ਤੁਹਾਡੀ ਪ੍ਰੋਜੈਕਸ਼ਨ ਆ, ਸਾਡੀ ਪ੍ਰੋਜੈਕਸ਼ਨ ਆ ਹਿਊਮਨ ਦੀ। ਤੂੰ ਹਿਊਮਨ ਕੁਛ ਵੀ ਬਣਾ ਸਕਦਾ, ਜਦੋਂ ਜੀ ਕਰਦਾ ਬਣਾ ਲੂਗਾ, ਉਹ ਮੇਰੇ ਬੱਚੇ ਵੀ ਬਣਾ ਲੈਣਗੇ, ਜਿਹੜੇ ਜਵਾਕ ਆ ਉਹ ਵੀ ਬਣਾ ਲੈਣਗੇ, ਜਦੋਂ ਉਹਨਾਂ ਨੂੰ ਜੀ ਕਰੂਗਾ, ਜੇ ਉਹਨਾਂ ਲੱਗੂਗਾ ਕਿ ਆਹ ਅਸੀਂ ਦੇਖਿਆ ਇਹਨੂੰ ਬਣਾਉਣਾ ਆਪਾਂ, ਉਹਨੂੰ ਵਿੱਚ ਹੋਰ ਐਡਵਾਂਸਮੈਂਟ। ਦੇਖੋ ਪਹਿਲਾਂ ਟਾਇਰ ਦੀ ਖੋਜ ਹੋਈ ਹੈ ਨਾ, ਪਹੀਏ ਦੀ ਖੋਜ ਹੋਈ, ਪਹੀਏ ਦੀ ਖੋਜ ਤੋਂ ਬਾਅਦ ਹੀ ਸਾਰਾ ਕੁਛ ਸ਼ੁਰੂ ਹੋਇਆ, ਕਿਉਂਕਿ ਟਰੈਵਲ ਕਰਨਾ ਸ਼ੁਰੂ ਹੋ ਗਏ ਲੋਕ, ਪਹੀਏ ਦੀ ਖੋਜ ਕਰਦੇ ਕਰਦੇ ਫਿਰ ਗੱਡਾ ਬਣ ਗਿਆ, ਗੱਡੇ ਤੋਂ ਫਿਰ ਗੱਡੀ ਬਣ ਗਈ, ਗੱਡੀ ਤੋਂ ਫਿਰ ਹੋਰ ਫਾਸਟ ਕਾਰ ਬਣ ਗਈ, ਐਵੇਂ ਐਵੇਂ ਕਰਕੇ ਖੋਜਾਂ ਕਰਦੇ ਆ ਰਹੇ, ਬੰਦਾ ਹੀ ਕਰਦਾ ਆ ਰਿਹਾ, ਆਪਣੇ ਆਪ ਤਾਂ ਨਹੀਂ ਕੁਛ ਵੀ ਹੋਇਆ। ਬਿਲਕੁਲ, ਫਿਰ ਐਵੇਂ ਆਓ ਵੀ ਕਰ ਲੈਣਗੇ, ਸਾਰੇ ਹੀ ਕਰ ਸਕਦੇ, ਤੁਸੀਂ ਵੀ ਕਰ ਸਕਦੇ, ਜੋ ਮਰਜ਼ੀ ਬਣਾ ਲਓ, ਤੁਸੀਂ ਹੁਣ ਇੱਧਰ ਆ ਗਏ ਹੈ ਨਾ। ਜਿਹੜਾ ਕਿਸੇ ਨੇ ਕੀਤਾ ਹੋਇਆ ਆ ਉਹ ਕਿਸੇ ਨੇ ਕੀਤਾ ਨਾ, ਹਿਊਮਨ ਨੇ ਕੀਤਾ, ਤੁਸੀਂ ਵੀ ਕਰ ਦਿਓ। ਜਿਵੇਂ ਇੱਕ ਮੇਰੇ ਪਿੱਛੇ ਜਿਵੇਂ ਕੋਈ ਗੱਲ ਚੱਲਦੀ ਸੀਗੀ, ਮੇਰਾ ਇੱਕ ਦੋਸਤ ਕਹਿੰਦਾ, ਮੈਂ ਉਹ ਮੁੰਡੇ ਨੂੰ ਪੁੱਛਿਆ ਕਿ ਕੋਈ ਚੀਜ਼ ਸੀਗੀ, ਮੈਂ ਕਿਹਾ ਯਾਰ ਆਹ ਸਹੀ ਹੁੰਦਾ ਇੱਦਾਂ ਕਰਨਾ, ਕਹਿੰਦਾ ਕਿਉਂ, ਮੈਂ ਕਿਹਾ ਉਹਦੇ ਉੱਪਰ ਰਿਵਿਊ ਲਿਖੇ ਹੋਏ ਆ ਰਿਵਿਊ, ਕਹਿੰਦਾ ਬਾਈ ਤੂੰ ਪਾ ਦੇ, ਤੂੰ ਵੀ ਵੱਡਾ ਹੀ ਆ, ਤੂੰ ਰਿਵਿਊ ਪਾ ਦੇ ਤੇਰਾ ਮੰਨ ਲੈਣਗੇ। ਰਿਵਿਊ ਹੀ ਪਾਉਣਾ ਕਿਸੀ ਮਾਈਕ ਆ, ਮਾਈਕ ਦੇ ਉੱਪਰ ਮੈਂ ਆਪਣੀ ਆਪਣੇ ਆਪਣੇ ਸ਼ਬਦਾਂ 'ਚ ਲਿਖਣਾ ਮਾਈਕ ਨੂੰ, ਪਾਣੀ ਪੀਤਾ, ਪਾਣੀ ਨੂੰ ਮੈਂ ਆਪਣੇ ਸ਼ਬਦਾਂ 'ਚ ਲਿਖਣਾ, ਮੈਂ ਪਾਣੀ ਆਹ ਲੱਗਾ ਆਹ ਲੱਗਾ, ਪਾਣੀ ਐਵੇਂ ਆ, ਪਾਣੀ ਹਲਕ ਤੱਕ ਗਿਆ, ਵਧੀਆ ਲੱਗਾ, ਤੁਸੀਂ ਜੋ ਮਰਜ਼ੀ ਕਹਿ ਲਓ, ਤੁਹਾਡਾ ਤੁਹਾਡਾ ਆ, ਤੁਸੀਂ ਆਪਣੇ ਆਪ ਨੂੰ ਇੰਨੇ ਕੁ ਵੱਡੇ ਕਰ ਦਿਓ ਕਿ ਤੁਹਾਡੀ ਕਹੀ ਗੱਲ ਮੰਨੀ ਜਾਵੇ। ਇਹੀ ਆ ਜਿਹੜੇ ਗੱਲਾਂ ਮਨਾਉਂਦੇ ਆ ਉਹ ਵੱਡੇ ਆਪਣੇ ਨੂੰ ਕੀਤਾ ਹੁੰਦਾ, ਉਹਨਾਂ ਨੇ ਗੱਲਾਂ ਤੁਸੀਂ ਵੀ ਮਨਾ ਲਓ। ਜੇਕਰ ਆਪਾਂ ਗੱਲ ਕਰੀਏ ਤੁਹਾਡੀ ਅੱਜ ਤੋਂ ਪਹਿਲਾਂ ਦੇ ਕਰੀਅਰ ਦੀ, ਫੋਟੋਗ੍ਰਾਫੀ 'ਤੇ, ਜਿਵੇਂ ਤੁਹਾਡੀ ਉਹ ਲੁੱਕ ਬੜੀ ਵਾਇਰਲ ਹੁੰਦੀ ਸੀ ਪਹਿਲਾਂ, ਕਿਹੜੀ ਕਿ ਜਿਹੜੀ ਪੱਗ ਦੇ ਵਿੱਚ ਤੁਸੀਂ ਘੂਰੀ ਵੱਟ ਕੇ ਦੇਖਦੇ ਹੋ, ਹਾਂਜੀ, ਅਤੇ ਉਹ ਮਤਲਬ ਸੁਭਾਅ ਦੇ ਵਿੱਚ ਇੱਦਾਂ ਹੈਗਾ ਤੁਹਾਡੇ ਜਾਂ ਸਿਰਫ ਕੈਮਰਾ ਪੋਜ਼ ਹੁੰਦਾ? ਕੈਮਰੇ 'ਤੇ ਜੀ, ਘੂਰੀ ਵੈਸੇ ਹੀ ਘੂਰੀ ਜੀ, ਘੂਰੀ ਤਾਂ ਨਹੀਂ ਵੱਟੀ ਹੁੰਦੀ ਵੈਸੇ, ਇੱਦਾਂ ਤੋਂ ਤੁਸੀਂ ਹੁਣ ਮੇਰਾ ਚਿਹਰਾ ਉੱਦਾਂ ਦਾ ਆ, ਹੁਣ ਦਾੜੇ ਜਦੋਂ ਦਾੜੀ ਰੱਖੀ ਹੁੰਦੀ ਐਡੀ ਹੈ ਨਾ, ਅਤੇ ਉਹ 'ਚ ਲੁੱਕ ਜਾਂਦਾ ਅੱਧਾ ਚਿਹਰਾ ਤਾਂ, ਹਾਂਜੀ, ਜਦੋਂ ਤੁਸੀਂ ਇੱਧਰ ਨੂੰ ਦੇਖੋਗੇ ਹੁਣ ਤੁਹਾਨੂੰ ਕੀ ਲੱਗਦਾ ਘੂਰੀ ਵੱਟੀ ਖੁਸ਼ ਆ ਕਿ ਮੈਂ, ਇਹ ਤਾਂ ਤੁਸੀਂ ਸਾਡੇ 'ਤੇ ਆ, ਤੁਸੀਂ ਜੱਜ ਕਰ ਕਿਵੇਂ ਕਰਦੇ ਆ ਹੈ ਨਾ। ਮੈਂ ਉਹੀ ਕਹਿ ਰਿਹਾ ਨਾ ਕਿ ਜਦੋਂ ਆਪਾਂ ਤੁਹਾਡੀਆਂ ਫੋਟੋਆਂ ਦੇਖਦੇ ਹਾਂ, ਹੁਣ ਤੁਹਾਨੂੰ ਲੱਗਦਾ ਮੈਂ ਘੂਰੀ ਅੱਜ ਉਹਦੇ ਵਾਲਾ? ਬਿਲਕੁਲ ਵੀ ਨਹੀਂ, ਤਾਂ ਹੀ ਤਾਂ ਮੇਰਾ ਕੁਐਸਚਨ ਸੀ ਇਹ, ਜਿਹੜੀ ਤੁਹਾਡੀ ਇੱਕ ਨਾ ਉਹ ਫੋਟੋ ਸੀਗੀ ਇੱਕ ਤੁਹਾਡੀ ਜਦੋਂ ਫਾਰਮਰ ਪ੍ਰੋਟੈਸਟ ਵਿੱਚ ਯੂਜ਼ ਹੋਈ ਸੀਗੀ, ਹਾਂਜੀ, ਅਤੇ ਉਹ ਇੱਕ ਤੁਹਾਡੀ ਮੇਰੇ ਖਿਆਲ ਜੋ ਫਿਲਮ ਆਈ ਸੀ ਇੱਕ ਬਾਲੀਵੁੱਡ ਦੀ, ਉਹਦੇ ਵਿੱਚ ਵੀ ਯੂਜ਼ ਹੋਈ ਸੀ, ਹਾਂਜੀ, ਉਹ ਜਿਵੇਂ ਮੈਂ ਤੁਹਾਡੇ ਪੋਡਕਾਸਟ ਵੀ ਸੁਣਿਆ ਸੀਗਾ ਕਿ ਉਹਨਾਂ ਨੇ ਤੁਹਾਡੇ ਤੋਂ ਬਿਨਾਂ ਪਰਮਿਸ਼ਨ ਤੋਂ ਯੂਜ਼ ਕੀਤੀਆਂ, ਅਤੇ ਇਹ ਇੱਦਾਂ ਕਰ ਸਕਦੇ ਆ ਬਿਨਾਂ ਪਰਮਿਸ਼ਨ ਤੋਂ ਯੂਜ਼? ਹਾਂ, ਜਦ ਤੱਕ ਮੈਂ ਨਹੀਂ ਕਹੂੰਗਾ ਤਾਂ ਕਰ ਸਕਦੇ ਆ, ਜਦ ਤੱਕ ਮੈਂ ਨਹੀਂ ਪੁੱਛਦਾ ਦੱਸਦਾ ਤਾਂ ਕਰ ਸਕਦੇ ਆ, ਉਹ ਹਰ ਕੋਈ ਕਰ ਸਕਦਾ, ਉਹ ਤਾਂ ਕਿ ਕੁਛ ਕਰਨ ਦੇ ਲਈ ਕਿਸੇ ਨੂੰ ਪੁੱਛਣਾ ਥੋੜ੍ਹੀ ਪੈਂਦਾ ਹੁੰਦਾ। ਜੇ ਤੁਸੀਂ ਕਿਸੇ ਦੀ ਐਂਟੀ ਕਰੋਗੇ ਫਿਰ ਉਹਨੂੰ ਪਤਾ ਲੱਗੂਗਾ, ਉਹ ਖਿਜੂਗਾ ਤਾਂ ਤੁਹਾਨੂੰ ਕੁਛ ਕਰੂਗਾ, ਉਹ ਵਿਵਾਦ ਜਿਹੜਾ ਤੁਸੀਂ ਪਹਿਲਾਂ ਪੁੱਛੇ ਸਵਾਲ ਕੀਤਾ ਸੀ ਉਹ ਵਿਵਾਦ ਬਣੂਗਾ। ਮੈਂ ਨਹੀਂ ਵਿਵਾਦ ਕੀਤਾ, ਉਦੋਂ ਸਿੰਘੂ ਬਾਰਡਰ ਵਾਲਾ ਆਪਾਂ ਕਹਿ ਦਿੱਤਾ, ਵਿਵਾਦ ਨਹੀਂ ਕੀਤਾ, ਰੌਲਾ ਤਾਂ ਨਹੀਂ ਪਾਇਆ, ਮੈਂ ਵੈਸੇ ਹੀ ਉਹਨਾਂ ਨੂੰ ਕਹਿ ਤਾਂ ਸਟੇਟਮੈਂਟ ਦਿੱਤੀ, ਭਾਈ ਇਹਨਾਂ ਨੇ ਮੇਰੇ ਤੋਂ ਬਿਨਾਂ ਪੁੱਛੇ ਫੋਟੋ ਵਰਤੀ ਆ, ਅਤੇ ਮੀਡੀਆ ਨੂੰ ਪਤਾ ਲੱਗ ਗਿਆ, ਉਹਨਾਂ ਨੇ ਅੱਗੇ ਫੈਲਾਤੀ ਗੱਲ ਕਿ ਬਈ ਇਹਨਾਂ ਤੋਂ ਬਿਨਾਂ ਪੁੱਛੇ ਆ ਹੈ ਨਾ। ਮੈਂ ਵੀ ਲਿਖ ਕੇ ਪਾ ਦਿੱਤਾ। ਤੁਹਾਨੂੰ ਉਹਦੇ ਰਿਪਲਾਈ ਵਿੱਚ ਕਿਸੇ ਵੱਲੋਂ ਕੋਈ ਜਵਾਬ ਆਇਆ? ਉਹਨਾਂ ਡਿਲੀਟ ਕਰਤੀ ਸੀ ਬਾਅਦ 'ਚ ਦੂਏ 30 ਦਿਨ। ਅੱਛਾ, ਡਿਲੀਟ ਕਰਤੀ ਪੋਸਟ ਸੀਗੀ ਜਿਹੜੀ ਪਾਈ ਹੋਈ ਸੀ, ਡਿਲੀਟ ਕਰਤੀ ਸੀ, ਜਦ ਤੱਕ ਉਹਨਾਂ ਦਾ ਮੀਡੀਆ 'ਚ ਕੰਮ ਸਰ ਗਿਆ, ਉਹਨਾਂ ਨਹੀਂ ਮੀਡੀਆ 'ਚ ਉਹਨਾਂ ਦਾ
ਆਪਣੇ ਆਪ ਨੂੰ ਜਲੀਲ ਕਰਾ ਲਿਆ ਸੀ ਉਹਨਾਂ ਨੇ, ਹਾਂ ਸਿੱਧੇ ਸ਼ਬਦਾਂ 'ਚ ਸਿੱਧੇ ਸ਼ਬਦ ਆਹੀ ਮਤਲਬ ਸੀ ਮੇਰਾ, ਜਲੀਲ ਕਰਾ ਲਿਆ ਸੀਗਾ ਸਿੱਧੇ ਸ਼ਬਦਾਂ ਵਿੱਚ। ਹਾਂਜੀ ਸਹੀ, ਸਿੱਧੇ ਸ਼ਬਦਾਂ 'ਚ ਵੀ ਜਲੀਲ ਕਰਾਇਆ, ਸਿੱਧੇ ਸ਼ਬਦਾਂ 'ਚ ਵੀ ਜਲੀਲ ਕਰਾਇਆ ਉਹਨਾਂ ਨੇ। ਹਾਂਜੀ ਹਾਂ ਭਾਜੀ, ਜਿਹੜਾ ਤੁਸੀਂ ਫੋਟੋਗ੍ਰਾਫੀ ਕਰਦੇ ਹੋ ਇਹ ਤੁਹਾਡਾ ਪੈਸ਼ਨ ਹੈ, ਅਤੇ ਤੁਸੀਂ ਹੁਣ ਫਿਲਮਾਂ 'ਚ ਆ ਰਹੇ ਹੋ, ਜਿਵੇਂ ਤੁਸੀਂ ਕਿਹਾ ਵੀ ਮੈਂ ਅੱਗੇ ਐਕਸ਼ਨ ਫਿਲਮਾਂ ਵੀ ਕਰਨੀਆਂ, ਅਤੇ ਫੋਟੋਗ੍ਰਾਫੀ ਨਾਲ ਦੀ ਨਾਲ ਕੈਰੀ ਔਨ ਰੱਖੋਗੇ ਜਾਂ ਕਰਦਾ? ਕਦੀ ਕਿਤੇ ਕਰ ਲੈਂਦਾ ਮੈਂ, ਅੱਛਾ ਅੱਗੇ ਫੋਟੋਆਂ ਖਿੱਚ ਲੈਂਦਾ ਸੀ, ਹੁਣ ਮੈਂ ਦੇਖਦਾ ਰਹਿੰਦਾ ਹਾਂ, ਕੁਛ ਹੁੰਦਾ ਆ ਉਹ ਮੈਂ ਸੇਵ ਕਰਕੇ ਰੱਖ ਲੈਂਦਾ ਹਾਂ, ਸੇਵ ਕਰਕੇ ਇੱਥੇ ਸੇਵ ਆ ਇੱਥੇ, ਮਤਲਬ ਹੁਣ ਤੁਸੀਂ ਉਹ ਲੈਂਡਸਕੇਪ ਨੂੰ ਇੰਜੋਏ ਕਰ ਲੈਂਦੇ ਹੋ। ਹਾਂ, ਜਦੋਂ ਬੰਦਾ ਖਿੱਚਣ ਜਾਂਦਾ ਉਦੋਂ ਇੰਜੋਏ ਨਹੀਂ ਕਰ ਪਾਉਂਦਾ। ਕਦੋਂ ਇੰਜੋਏ ਕਰਦੇ ਤੁਸੀਂ? ਖਿੱਚਦੇ ਰਹਿੰਦੇ, ਖਿੱਚ ਲਓ ਖਿੱਚ ਲਓ ਖਿੱਚ ਲਓ, ਸ਼ਟਰ ਦੱਬਣ 'ਚ ਲੱਗੇ ਹੁੰਦੇ ਆ, ਕੰਪੋਜੀਸ਼ਨ ਬਣਾਉਣ 'ਚ ਲੱਗੇ ਰਹਿੰਦੇ ਆਪਾਂ, ਉਹ ਵਿਊ ਉਹ 'ਚ ਵਿਊ ਫਾਇੰਡਰ 'ਚ ਮਾੜਾ ਜਿਹਾ ਦੇਖ ਲੈਂਦੇ ਆਨੰਦ ਨਹੀਂ ਲੈਂਦੇ ਤੁਸੀਂ, ਲੈਂਦੇ ਤੁਸੀਂ ਬਾਅਦ 'ਚ ਦੇਖ ਦੇਖ ਕੇ ਆਨੰਦ ਲੈਂਦੇ ਆ ਕੰਪਿਊਟਰ 'ਤੇ, ਵਾਓ ਕੀ ਖਿੱਚ ਲਿਆ ਮੈਂ, ਇੱਦਾਂ ਕਰਦੇ ਨੇ। ਹਾਂ, ਬਾਅਦ 'ਚ ਕੰਪਿਊਟਰ 'ਤੇ ਦੇਖਦੇ ਆ, ਬਾਅਦ 'ਚ ਹੋਰ ਲੋਕ ਚਲੋ ਖਿੱਚ ਲਈ ਫੋਟੋ, ਮੈਂ ਆਨੰਦ ਨਹੀਂ ਲਿਆ ਫੋਟੋ ਖਿੱਚੀ, ਮੰਨ ਲਓ ਬਾਅਦ 'ਚ ਘਰ ਆ ਕੇ ਵੇਖੀ ਵਾਓ ਕਿਆ ਫੋਟੋ ਖਿੱਚੀ, ਬਾਅਦ 'ਚ ਫਿਰ ਲੋਕ ਵੀ ਕਹਿੰਦੇ ਵਾਓ ਫੋਟੋ ਖਿੱਚੀ, ਉਸ ਲਈ ਆਨੰਦ ਨਹੀਂ ਲੈਂਦੇ। ਉਸ ਲਈ ਜਿਹੜਾ ਮਾਹੌਲ ਹੁੰਦਾ ਉਹ ਕਮਾਲ ਹੁੰਦਾ, ਜਿਹੜਾ ਉਹ ਮਾਹੌਲ ਦਾ ਆਨੰਦ ਲੈਣਾ ਹੁੰਦਾ ਪੂਰਾ ਔਰੇ ਦਾ, ਉਹ ਕਮਾਲ ਹੁੰਦਾ। ਅੱਜ ਕੱਲ੍ਹ ਮੈਂ ਉਹ ਕਮਾਲ ਦੇਖਦਾ ਹੁੰਦਾ, ਐਵੇਂ ਦੀਆਂ ਬਹੁਤ ਸਾਰੀਆਂ ਜਗ੍ਹਾ ਜਿੱਥੇ ਬਹੁਤ ਕਮਾਲ ਹੁੰਦਾ ਆ, ਮੈਂ ਘੱਟ ਹੀ ਦੱਸਦਾ ਕਿਸੇ ਨੂੰ, ਬਹੁਤ ਜਗ੍ਹਾਵਾਂ ਨੇ ਇੱਥੇ ਪੰਜਾਬ ਦੇ ਵਿੱਚ। ਦੇਖਣ ਵਾਲੀ ਅੱਖ ਚਾਹੀਦੀ ਹੈ ਮਤਲਬ? ਨਹੀਂ, ਅੱਖ ਤਾਂ ਸਾਰਿਆਂ ਕੋਲ ਹੈਗੀ ਆ, ਨਹੀਂ ਪਰ ਇੱਕ ਜਿਹੜੀ ਜਿਵੇਂ ਐਕਸਪੀਰੀਅੰਸ, ਹਰੇਕ ਬੰਦੇ ਕੋਲ ਆਪਣੀ ਆਪਣੀ ਕਲਾ ਜੀ, ਕਿਹੜੀ ਚੀਜ਼ ਸਾਡੇ ਹਰੇਕ ਹਿਊਮਨ ਵਿੱਚ ਹਰੇਕ ਕਲਾ ਆ ਜਿਹੜੀ ਧਰਤੀ 'ਤੇ ਮੌਜੂਦ, ਜਿਹੜੀ ਇਸ ਬ੍ਰਹਿਮੰਡ ਯੂਨੀਵਰਸ ਜਿਹਨੂੰ ਕਹਿੰਦੇ ਹਾਂ ਆਪਾਂ, ਉਹਦੇ 'ਚ ਹਰੇਕ ਕਲਾ, ਜਿਹੜੀ ਵੀ ਕਲਾ ਮੌਜੂਦ ਆ ਉਹ ਹਰੇਕ ਇਨਸਾਨ ਵਿੱਚ ਆ, ਉਹ ਕਿਹੜੀ ਉੱਠਦੀ ਪਈ ਆ ਉਹਦੇ 'ਚ ਉਹ ਮੈਟਰ ਕਰਦਾ ਆ, ਹੈ ਨਾ। ਕੋਈ ਪੇਂਟਰ ਆ, ਕੋਈ ਫਿਲਮ ਮੇਕਰ ਆ, ਕੋਈ ਕੁਛ ਆ, ਕੋਈ ਕੁਛ ਆ, ਕੋਈ ਰੋਟੀਆਂ ਪਕਾਉਣ 'ਚ ਬਹੁਤ ਵਧੀਆ ਆ, ਕੋਈ ਕਿਸੇ 'ਚ ਆ, ਹਰੇਕ 'ਚ ਕਲਾ ਆ, ਹਰੇਕ ਚੀਜ਼ ਕਲਾ ਦੀ ਆ। ਹਾਂਜੀ, ਐਵੇਂ ਆ, ਕਲਾ ਦੇਖਣੀ ਪੈਣੀ ਤੁਹਾਨੂੰ। ਮੈਂ ਜਦੋਂ ਤੁਸੀਂ ਕੋਈ ਪ੍ਰੋਜੈਕਟ ਸ਼ੁਰੂ ਕਰਦੇ ਹੋ, ਹਾਂਜੀ, ਤੁਹਾਡੇ ਮਨ 'ਚ ਮਤਲਬ ਉਦੋਂ ਤੁਸੀਂ ਕੀ ਸੋਚ ਕੇ ਸ਼ੁਰੂ ਕਰਦੇ ਹੋ, ਉਹਦੀ ਆਊਟਕਮ ਨੂੰ ਪਹਿਲਾਂ ਹੀ ਮਾਇੰਡ 'ਚ ਰੱਖਦੇ ਹੋ ਕਿ ਇਹਦਾ ਕੀ ਰਿਜ਼ਲਟ ਹੋਊਗਾ? ਰੌਲਾ ਪਹਿਲਾਂ ਪਾ ਲੈਂਦੇ ਅਸੀਂ, ਰਿਜ਼ਲਟ ਪਹਿਲਾਂ ਦੇਖਦੇ ਹਾਂ, ਕੀਤਾ ਕੁਛ ਵੀ ਨਹੀਂ ਹੁੰਦਾ ਹੈਗਾ, ਪਹਿਲਾਂ ਵੱਡੀ ਚੀਜ਼ ਕਰੂੰਗੀ ਫਿਰ ਰਿਜ਼ਲਟ ਅਸੀਂ ਦੇਖ ਸਕਦੇ, ਐਂਡ ਜਦੋਂ ਮੁਕਾ ਹੋ ਗਿਆ ਉਦੋਂ ਅਸੀਂ ਰਿਜ਼ਲਟ ਦੇਖ ਸਕਦੇ ਹਾਂ, ਇੱਦਾਂ ਨਹੀਂ ਦੇਖ। ਜਿਵੇਂ ਹੁਣ ਮੈਂ ਆਪਣੀ ਫਿਲਮ ਦਾ ਰਿਜ਼ਲਟ ਦੇਖਦਾ ਹਾਂ ਕਿ ਵਧੀਆ ਫਿਲਮ ਬਣੀ ਹੋਈ ਆ, ਉਹ ਸਿਨੇਮਿਆਂ 'ਤੇ ਕਿੰਨੀ ਚੱਲੂਗੀ ਉਹਦਾ ਰਿਜ਼ਲਟ ਨਹੀਂ ਮੈਨੂੰ ਪਤਾ ਹੈਗਾ। ਹਾਂ, ਇੰਨਾ ਜ਼ਰੂਰ ਆ ਮੈਂ ਦੱਸ ਸਕਦਾ ਕਿ ਮੇਰੇ ਸੋਹਣਾ ਚੀਜ਼ ਆ, ਦੇਖੋ ਇੱਕ ਵਾਰ, ਦੇਖੋ ਇੱਕ ਵਾਰ ਤਾਂ ਦੇਖਣਾ ਬਣਦਾ, ਹੈ ਨਾ ਜੀ, ਬਿਲਕੁਲ। ਜਿਵੇਂ ਬਾਕੀਆਂ ਨੂੰ ਦੇਖ ਸਕਦੇ, ਇਵੇਂ ਮੈਨੂੰ ਵੀ ਦੇਖ ਸਕਦੇ ਹਾਂ, ਹੈ ਨਾ। ਜਿਵੇਂ ਅਸੀਂ ਤੁਸੀਂ ਕਹਿੰਦੇ ਹਾਂ ਕਿ ਮੈਂ ਇੰਸਪੀਰੇਸ਼ਨ ਆ ਬਣਿਆ ਮੈਂ ਕਿੰਨੀਆਂ ਚੀਜ਼ਾਂ ਲਈ, ਤਾਂ ਉਹ ਇਹ ਵੀ ਤਾਂ ਇੰਸਪੀਰੇਸ਼ਨ ਵਾਲੇ ਕੰਮ ਆ, ਫਿਰ ਦੇਖ ਸਕਦੇ ਇੱਕ ਵਾਰ ਤਾਂ ਦੇਖਣਾ ਬਣਦਾ। ਨਹੀਂ, ਡੈਫੀਨੇਟਲੀ ਭਾਜੀ, ਇੱਕ ਵਾਰੀ ਨਹੀਂ ਵਾਰ ਵਾਰ ਦੇਖਣਗੇ ਲੋਕ, ਤਾਂ ਹੀ ਆ ਹੋਰ ਤਾਂ ਕੁਛ ਨਹੀਂ ਹੈਗਾ ਜੀ। ਹਾਂਜੀ, ਉਹ ਚੱਲੂਗਾ, ਮੈਂ ਅੱਗੇ ਕੁਛ ਬਣਾਉਣ ਜੋਗਾ ਹੋਊਂਗਾ, ਐਵੇਂ ਆ, ਬਿਲਕੁਲ ਸਹੀ। ਹਾਂਜੀ, ਅੱਛਾ, ਜਿਹੜੀਆਂ ਤੁਸੀਂ ਫਿਲਮਾਂ ਸੋਚੀ ਜਾਂਦੇ ਹੋ ਐਕਸ਼ਨ ਫਿਲਮਾਂ ਦੀ, ਹਾਂਜੀ, ਉਹਨਾਂ ਬਾਰੇ ਥੋੜ੍ਹੀ ਬਹੁਤ ਗੱਲਬਾਤ ਕਰ ਸਕਦੇ ਹੋ ਵੀ ਕਿਸ ਬੇਸ ਉਹ ਫਿਲਮਾਂ ਹੋ ਸਕਦੀਆਂ ਜਾਂ ਕਿੱਦਾਂ ਦੀਆਂ ਹੋ ਸਕਦੀਆਂ? ਪੰਜਾਬ ਦੀਆਂ ਹੀ ਹੈ ਜੀ ਸਾਰੀਆਂ, ਹੋਰ ਨਹੀਂ ਦੱਸਦਾ। ਮੇਰੇ ਆਪਦੇ ਖਿਆਲ ਆ, ਮੈਂ ਬਹੁਤ ਸਿਨੇਮਾ ਦੇਖਿਆ ਹੋਇਆ ਜੀ, ਫਿਲਮਾਂ ਬਹੁਤ ਦੇਖੀਆਂ ਹੋਈਆਂ, ਮੈਂ ਬਹੁਤ ਹੀ ਫਿਲਮਾਂ ਦੇਖੀਆਂ ਹੋਈਆਂ, ਮੈਂ ਐਕਸ਼ਨ ਜ਼ਿਆਦਾ ਦੇਖਦਾ, ਬਾਹਲੀਆਂ ਐਕਸ਼ਨ ਲੜਾਈ ਮਤਲਬ ਵਾਇਲੈਂਟ, ਉਹ ਜਿਹੜਾ ਖੂਨ, ਬਾਹਲਾ ਖੂਨ ਖਰਾਬਾ ਨਹੀਂ ਮੈਂ ਦੇਖਦਾ, ਫਾਈਟ ਵਾਲੀਆਂ ਮੈਂ ਜ਼ਿਆਦਾ ਦੇਖਦਾ,
ਜਿਹਦਾ ਵਨ ਟੂ ਵਨ ਫਾਈਟ ਵਾਲੀ ਨਹੀਂ ਹੁੰਦੀਆਂ ਹੈਗੀਆਂ ਤਾਂ ਐਵੇਂ ਆ ਜੇਮਸ ਬੌਂਡ ਸਟਾਈਲ ਨਹੀਂ ਉਹ ਵੀ ਦੇਖ ਲੈਂਦਾ ਜੇਮਸ ਬੌਂਡ ਵੀ ਸਾਰੀਆਂ ਜੌਨ ਵਿਕ ਜੇਮਸ ਬੌਂਡ ਇਕੁਲਾਈਜ਼ ਮਤਲਬ ਜਿੰਨੀਆਂ ਵੀ ਐਕਸ਼ਨ ਆ ਹਾਂਜੀ ਲਵ ਸਟੋਰੀ ਵੀ ਦੇਖ ਲੈਂਦਾ ਸਸਪੈਂਸ ਥ੍ਰਿਲਰ ਮੈਨੂੰ ਵਧੀਆ ਲੱਗਦੀਆਂ ਫਿਲਮਾਂ ਮੈਂ ਬਹੁਤ ਦੇਖੀਆਂ ਉਹ ਕਿਤੋਂ ਨਾ ਕਿਤੋਂ ਚੱਕਿਆ ਹੋਇਆ ਸਮਾਨ ਆ ਆਪਣਾ ਮੈਂ ਕੀ ਕ੍ਰੀਏਟ ਕੀਤਾ ਮਤਲਬ ਉਹਦੇ ਵਿੱਚ ਆਪਣੀਆਂ ਕਹਾਣੀਆਂ ਨੂੰ ਮੈਂ ਪੰਜਾਬ 'ਚ ਚੀਜ਼ਾਂ ਦੇਖੀਆਂ ਉਹਦੇ ਹਿਸਾਬ ਨਾਲ ਮੈਂ ਉਹਨਾਂ ਨੂੰ ਨਰੇਟ ਕੀਤਾ ਹੋਇਆ ਆ ਓਕੇ ਹਾਂ ਉਹ ਚੀਜ਼ਾਂ ਜਿਹੜੀਆਂ ਦੇਖੀਆਂ ਉਹਨਾਂ ਨੂੰ ਇੱਦਾਂ ਪੰਜਾਬ 'ਚ ਕਿਵੇਂ ਦਿਖੂਗੀਆਂ ਉਹ ਚੀਜ਼ਾਂ ਬਣਾ ਰਿਹਾ ਜਿਵੇਂ ਹੁਣ ਇੱਕ ਮੇਰੀ ਮੈਲਬਨ 'ਚ ਫੋਟੋ ਸੀਗੀ ਬਰਗਰ ਖਾਂਦੇ ਦੀ ਕੁੜਤੇ ਚਾਦਰੇ 'ਚ ਦੇਖੀ ਤੁਸੀਂ ਨਹੀਂ ਮੈਂ ਉਹ ਨਹੀਂ ਦੇਖੀ ਉਹ ਸਭ ਤੋਂ ਵੱਧ ਵਾਇਰਲ ਆ ਅੱਛਾ ਉਹ ਅੱਜ ਵੀ ਲੋਕਾਂ ਦੇ ਜ਼ਹਿਨ 'ਚ ਆ ਕੇ ਕੁੜਤੇ ਚਾਦਰੇ ਵਾਲੀ ਫੋਟੋ ਹਾਰ ਫਾਰਮਰ ਮੈਲਬਨ ਵਿੱਚ ਕੁੜਤਾ ਚਾਦਰਾ ਲਾਇਆ ਬਰਗਰ ਖਾ ਰਿਹਾ ਮੈਂ ਝੂਲਾ ਹੱਥ 'ਚ ਫੜਿਆ ਹੋਇਆ ਫੁੱਲਾਂ ਜਿਹਾ ਵਾਲਾ ਅੱਛਾ ਮੈਂ ਉਹ ਵੀ ਸੋਚ ਰਿਹਾ ਸੀ ਕਿੱਦਾਂ ਰਹਿ ਕਿੱਦਾਂ ਗਈ ਦੇਖਣੀ ਸਭ ਤੋਂ ਵੱਧ ਵਾਇਰਲ ਉਹ ਤਾਂ ਬਰਗਰ ਖਾਂਦਾ ਤਾਂ ਗੋਰਿਆਂ ਦੀ ਸਟੇਟ ਵਿੱਚ ਹਰ ਕੋਈ ਦੇਖਿਆ ਹੋਣਾ ਤੁਸੀਂ ਮੈਂ ਆਪਣੇ ਆਪ ਨੂੰ ਦੇਖਣਾ ਚਾਹੁੰਦਾ ਸੀਗਾ ਕਿ ਕੁੜਤਾ ਚਾਦਰ ਲਾ ਕੇ ਪੰਜਾਬ ਦਸਤਾਰ ਬੰਨ੍ਹ ਕੇ ਬੰਦਾ ਕਿਵੇਂ ਦਾ ਲੱਗੂਗਾ ਮੈਂ ਉਹ ਬਣਾ ਲਈ ਐਵੇਂ ਮੈਂ ਹੋਰਾਂ ਦੀਆਂ ਦੇਖੀਆਂ ਹੋਈਆਂ ਚੀਜ਼ਾਂ ਉਹਨਾਂ ਨੂੰ ਮੈਂ ਆਪਣੇ ਸਟਾਈਲ ਦੇ ਵਿੱਚ ਮੈਂ ਆਪ ਮੈਂ ਕਿੱਦਾਂ ਦਾ ਲੱਗੂੰਗਾ ਮੈਂ ਉਹ ਦੇਖਦਾ ਹੁੰਦਾ ਜੇ ਮੈਂ ਉੱਥੇ ਖੜ ਜਾਵਾਂ ਮੈਂ ਕੀ ਲੱਗੂੰਗਾ ਜੇ ਮੈਂ ਆਪਣੇ ਕੁੜਤਾ ਚਾਦਰਾ ਪਾਇਆ ਜਾਂ ਮੈਂ ਦਸਤਾਰ ਸਜਾਈ ਆ ਜਾਂ ਮੈਂ ਕੁਛ ਆਪਣੇ ਇਸ ਲੁੱਕ 'ਚ ਆ ਮੈਂ ਮੇਰੀ ਲੁੱਕ 'ਚ ਮੈਂ ਕਿਵੇਂ ਦਾ ਲੱਗਦਾ ਮੈਂ ਉਹ ਦੇਖਦਾ ਰਹਿੰਦਾ ਬਣਾਉਂਦਾ ਹੁੰਦਾ ਬਸ ਮਤਲਬ ਮੈਂ ਤਾਂ ਬਹੁਤ ਕੁਛ ਦੇਖਿਆ ਹੋਇਆ ਮੈਂ ਉਹਨੂੰ ਕਿਤੇ ਨਾ ਕਿਤੇ ਆ ਜਾਂਦਾ ਹੈ ਸਾਹਮਣੇ ਉਹ ਆਪਣੇ ਰੂਪ ਉੱਥੇ ਚੱਲ ਜਾਂਦਾ ਆ ਆਪਣੇ ਆਪ ਨੂੰ ਦੇਖ ਲੈਂਦਾ ਵੀ ਐਂ ਜੇ ਮੈਂ ਕਰਾਂ ਤਾਂ ਕੀ ਲੱਗੂਗਾ ਜੇ ਐਵੇਂ ਹੋਊਗਾ ਤਾਂ ਉਹ ਮੈਂ ਕਰਦਾ ਰਹਿੰਦਾ ਹਾਂਜੀ ਮੈਂ ਉਹਨੂੰ ਕੋਰਲੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਤੁਸੀਂ ਐਕਸ਼ਨ ਫਿਲਮਾਂ ਬਣਾਉਣੇ ਚਾਹੁੰਦੇ ਹੋ ਜਿਹੜੀਆਂ ਆਪਾਂ ਹਾਲੀਵੁੱਡ 'ਚ ਫਿਲਮਾਂ ਦੇਖਦੇ ਹਾਂ ਵੀ ਉਹੀ ਚੀਜ਼ ਇੱਧਰ ਜੇ ਐਕਸ਼ਨ ਪਿੰਡਾਂ 'ਚ ਹੁੰਦਾ ਹੈ ਦੇਖੋ ਕਿੱਦਾਂ ਲੱਗਣਾ ਆਹੀ ਮੇਰਾ ਕੁਐਸਚਨ ਦੇਖ ਲਓ ਫਿਰ ਮੈਂ ਤੁਸੀਂ ਉਹ ਦੇਖ ਲਓ ਤੁਸੀਂ ਇੰਗਲਿਸ਼ ਫਿਲਮਾਂ ਦੇਖਦੇ ਹਾਂ ਹਾਂਜੀ ਉਹ ਐਕਸ਼ਨ ਪਿੰਡਾਂ ਦੇ ਏਰੀਏ 'ਚ ਹੁੰਦਾ ਪਿਆ ਟਿਪੀਕਲ ਪਿੰਡਾਂ 'ਚ ਜਾਂ ਪੁਰਾਣੇ ਸਮੇਂ ਦੇ ਪਿੰਡਾਂ ਵਿੱਚ ਜਾਂ ਅੱਜ ਦੇ ਸਮੇਂ ਦੇ ਪਿੰਡਾਂ ਵਿੱਚ ਐਕਸ਼ਨ ਹੋ ਰਿਹਾ ਗਲੀਆਂ ਦੇ ਵਿੱਚ ਕਿੱਡਾ ਸੋਹਣਾ ਲੱਗੂਗਾ ਕੁਝ ਹੱਟ ਉਹੋ ਜਿਹੀ ਲਾਈਟਿੰਗ ਹੋਵੇ ਕਿੱਡਾ ਸੋਹਣਾ ਲੱਗੂਗਾ ਹੈ ਨਾ ਤਾਂ ਤੁਹਾਨੂੰ ਲੱਗਦਾ ਵੀ ਆਪਣਾ ਪੰਜਾਬੀ ਸਿਨੇਮਾ ਗਰੋ ਕਰ ਰਿਹਾ ਇਸ ਟਾਈਮ ਹਾਂ ਗਰੋਥ ਤਾਂ ਦੇਖੋ ਗਰੋ ਤਾਂ ਹੋਣਾ ਹੀ ਹੋਣਾ ਪੈਣਾ ਗਰੋਥ ਤੋਂ ਬਿਨਾਂ ਕਿੱਦਾਂ ਸਰਾਂਗੇ ਆਪਾਂ ਜਿਵੇਂ ਇੱਕ ਵਾਰੀ ਹੁੰਦਾ ਨਾ ਕਿ ਕੋਈ ਕਾਮੇਡੀ ਫਿਲਮ ਆਉਣ ਲੱਗ ਗਈ ਫਿਰ ਕਾਮੇਡੀ ਦੇ ਪਿੱਛੇ ਹੀ ਆ ਜਾਂਦੀਆਂ ਸਾਰੀਆਂ ਅੱਗੇ ਬੈਕ ਟੂ ਬੈਕ ਉਹ ਤਾਂ ਵੈਸੇ ਪੰਜਾਬ 'ਚ ਵੀ ਆਦਤ ਸਾਰੇ ਪੰਜਾਬ ਦੀ ਆਦਤ ਆ ਜੀ ਉਹ ਇੱਕ ਚੀਜ਼ ਦੁਆਲੇ ਹੋ ਜਾਂਦੇ ਸਾਰੇ ਉਹਦੇ ਦੁਆਲੇ ਹੋ ਜਾਂਦੇ ਹਾਂਜੀ ਉਹ ਤਾਂ ਕੋਈ ਚੱਕਰ ਨਹੀਂ ਹੈਗਾ ਜੀ ਜਦੋਂ ਐਕਸ਼ਨ ਬਣਾ ਦਾਂਗੇ ਐਕਸ਼ਨ ਦੁਆਲੇ ਹੋ ਜਾਂਦੇ ਪੰਜਾਬੀ ਕੋਈ ਫਿਲਮ ਮਤਲਬ ਜਿਹੜੀ ਤੁਸੀਂ ਤੁਹਾਨੂੰ ਪਸੰਦ ਹੋਵੇ ਰਜ਼ਾਇਸ਼ ਸਹੀ ਹੈ ਬਹੁਤ ਸਹੀ ਹੈ ਮੈਂ ਕਹਿੰਦਾ ਕਿ ਸਾਰਿਆਂ ਦੀ ਇਹ ਪਹਿਲੀ ਪਸੰਦ ਬਣ ਜੇ ਵਾਹਿਗੁਰੂ ਕਰੇ ਕਿ ਜਲਦੀ ਹੀ ਫਿਲਮ ਥੀਏਟਰਾਂ 'ਚ ਵਾਹਿਗੁਰੂ ਕਹਿੰਦਾ ਮੈਂ ਮਾਸਟਰਪੀਸ ਫਿਲਮ ਬਣਾਈ ਹੈ ਮਾਸਟਰਪੀਸ ਹੀ ਹੋਊਗੀ ਤੁਹਾਡਾ ਕੌਨਫੀਡੈਂਸ ਦੱਸ ਰਿਹਾ ਉਸ ਚੀਜ਼ ਨੂੰ ਹਾਂਜੀ ਟ੍ਰੇਲਰ ਦੱਸ ਰਿਹਾ ਉਸ ਚੀਜ਼ ਨੂੰ ਹਾਂ ਟ੍ਰੇਲਰ ਸੋਹਣਾ ਬਣਿਆ ਸੋਹਣਾ ਫਿਲਮ ਹੋਰ ਵੀ ਸੋਹਣੀ ਆ ਹਾਂਜੀ ਜੀ ਇਹ ਕਿਸੇ ਨੋਵਲ 'ਤੇ ਆਧਾਰਿਤ ਜਾਂ ਮਤਲਬ ਨਹੀਂ ਨਹੀਂ ਸਟੋਰੀ ਕੀ ਹੈ ਸਾਦਰ ਹਸਨ ਮੰਟੋ ਹੋਏ ਨੇ ਇੱਕ ਰਾਈਟਰ ਹਾਂਜੀ ਉਹਨਾਂ ਦੀ ਕਹਾਣੀ ਹੈ ਲਾਇਸੈਂਸ ਅਸੀਂ ਉਹਨੂੰ ਅਡੈਪਟ ਕੀਤਾ ਹੋਇਆ ਜੀ ਓਕੇ ਹਾਂਜੀ ਮਤਲਬ ਉਸ ਉਹਨਾਂ ਉਸ ਈਵੈਂਟ 'ਤੇ ਬੇਸਡ ਹੋ ਸਕਦੀ ਹੈ ਜਾਂ ਟੋਟਲੀ ਨਹੀਂ ਉਹਦੀ ਅਡੈਪਟੇਸ਼ਨ ਆ ਜੀ ਉਹ ਸੋਲ ਤਾਂ ਉਹੀ ਆ ਕਹਾਣੀ ਦੀ ਮਤਲਬ ਮੋਸਟਲੀ ਉਹੀ ਫਿਰ ਕਹਾਣੀ ਆ ਉਹਨੂੰ ਥੋੜ੍ਹਾ ਜਿਹਾ ਵਧਾਇਆ ਹੋਇਆ ਆਪਾਂ ਅਡੈਪਟੇਸ਼ਨ ਕੀਤੀ ਹੋਈ ਆ ਸੋਲ ਤਾਂ ਉਹੀ ਰਹਿਣੀ ਆ ਹਾਂਜੀ ਹਾਂਜੀ ਉਮੀਦ ਕਰਦੇ ਹਾਂ ਕਿ ਜਲਦੀ ਥੀਏਟਰ ਵਿੱਚ ਫਿਲਮ ਆਵੇ ਹਾਂਜੀ ਅਤੇ ਤੁਹਾਡੀਆਂ ਜਿਹੜੀਆਂ ਕਲਾਕਾਰੀਆਂ ਉਹ ਤਾਂ ਸਾਰਿਆਂ ਨੇ ਦੇਖੀਆਂ ਫੋਟੋਗ੍ਰਾਫੀ ਦੇ ਜ਼ਰੀਏ ਅਤੇ ਜਿਹੜੀ ਵੱਡੇ ਪਰਦੇ 'ਤੇ ਤੁਹਾਨੂੰ ਐਜ਼ ਆ ਇੱਕ ਮੇਨ ਲੀਡ ਵਿੱਚ ਸਾਰੇ ਜਣੇ ਜਲਦੀ ਦੇਖਣ ਅਤੇ ਆਸ ਕਰਦੇ ਹਾਂ ਫਿਲਮ ਜਲਦੀ ਆਵੇ ਥੈਂਕ ਯੂ ਸੋ ਮਚ ਭਾਅ ਜੀ ਸ਼ੁਕਰੀਆ ਜਲਦੀ ਆਉਗੀ ਜੀ ਫਿਲਮ ਥੈਂਕ ਯੂ ਸੋ ਮਚ ਤੁਹਾਡਾ ਵੀ ਥੈਂਕ ਯੂ